अब की बार बख्श बंदे को बहुर ना पौधल फेरा दे कुछ शब्द वाक अनुसार पातशाह जीओ सरदार कुलवंत सिंह जी आप जी ने बख्शिश की हुई स्वासा रूपी पूंजी को लैके मातलों में आए सन पातशाह जीओ आप जी ने बख्शिश की हुई स्वासा रूपी पूंजी को समाप्त करते हुए आप जी के चरणों में जाग राजे हैं पातशाह जीओ कृपा करनी विछड़ी हुई रूह उस दीवी अपने चरणों के निवास बख्शिश करना जुग अटल इलाही प्रमाण प्रमाण से चलन का बल अति उद्यम बख्शो सही प्यारे मेल जिन्हें मिलिया तेरा नाम चित आवै नानक नाम चढ़ती कला तेरे बाणी सरबतले संग पानी गुर कृपा जेहे नर कौ कीनी ते एह जुगत पछानी नानक लीन पयो गोबिंद स्यों ज्यों पानी संग पानी अज आपां सारे दोस्त मित्र रिश्तेदार सके संबंधी साडे बहुत ही सत्कारयोग सरदार कुलवंत सिंह जी विरक साहब उन्हां दी पवित्र याद विच उन्हां नूं शरदा दे फुल भेट करन वास्ते एकत्र होए सरदार कुलवंत सिंह जी जो तकरीबन अपनी 60 साल की उम्र दे विच उस परमात्मा वालों बख्शी स्वासा रूपी पूंजी नूं खर्च के इस मातलोक विचों पिछले हफ्ते गुरु चरणां विच जा बरजे दसां गुरुआं दी यादगी जोश साहब श्री गुरु खालसा जी की हाजरी मेरे छोटे भरा कुलवंत सिंह विरक की अंतम अरदास में जुड़े हुए जिन्ना संसार इस परिवार ने बनाया अज तुहाडी हाजरी भी दसदी है और मैनू जिंदगी के सारे पल याद ने बहुत ही आगाम वालों प्रोग्रेसिव किसान सी वड्डी जायदाद सी जिन्नी सांभ संभाल उन्होंने खेती वजो की भावें वड्डा भरा साहब से भावें कुलवंत सी ते सूबे उम्मीद का जो बच्चे ने मेरा कहना है कि साढ़े इलाके का सिरगढ़ फार्मर से छोटे भरा कुलवंत को श्रद्धा के मुख भेट करना सतगुरु अगर अरदास करना कि सतगुरु सच्चे पातशाह इस दिन परिवार के आए वास्ते लोगों को ਸਹਿਮ ਕਰਨ ਦੀ ਉਹਨਾਂ ਨੂੰ ਸ਼ਕਤੀ ਦੇ ਅੱਜ ਆਪਾਂ ਸਾਰੇ ਇਸ ਇਲਾਕੇ ਦੇ ਆਨ ਦੇ ਸ਼ਾਨ ਸਰਦਾਰ ਕੁਲਵੰਤ ਸਿੰਘ ਵਿਰਕ ਜੀ ਦੀ ਅੰਤਿਮ ਅਰਦਾਸ ਵਿੱਚ ਕਰਦੇ ਹਾਂ ਗਹਿਰਾਈਆਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਇਹੀ ਤੁਹਾਡੇ ਸਾਰਿਆਂ ਵੱਲੋਂ ਮੈਂ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਸਾਨੂੰ ਸਾਰੇ ਪਰਿਵਾਰ ਨੂੰ ਦੋਸਤ ਮਿੱਤਰ ਸਖੇ ਸੰਬੰਧੀ ਰਿਸ਼ਤੇਦਾਰ ਜਿਹੜੇ ਸਾਰੇ ਲੋਕ ਆ ਜਿਸ ਦੁੱਖ ਦੀ ਘੜੀ ਵਿੱਚ ਹਾਜ਼ਰ ਹੋਏ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ Oh,
Good.
ਨਾ ਬੰਦਾ ਜੋੜ ਸਕਦਾ
ਨਾ 84 ਲੱਖ ਜੋਰ ਤੋਂ ਪਰਾ ਹੋ ਸਕਦਾ। ਜੋਰ ਨਾ ਜੀਵਨ ਮਰਨ ਹੈ, ਜੋਰ ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਸਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਇਸੇ ਕਰਕੇ ਆਪਾਂ ਅਰਦਾਸ ਕਰਨ ਆਏ ਹਾਂ, ਕੋਈ ਦੁਨੀਆਂ ਦੀ ਪਾਵਨ ਭਾਵੇਂ ਰਾਜਾ ਭਾਵੇਂ ਪਰਜਾ, ਉਹ 84 ਲੱਖ ਜੋਰ ਤੋਂ ਪਰਾ ਨਹੀਂ ਹੋ ਸਕਦਾ ਜਿੰਨਾ ਚਿਰ ਤੇਰੀ ਮਰਜ਼ੀ ਨਾ ਹੋਵੇ, ਜਿੰਨਾ ਚਿਰ ਤੇਰਾ ਹੁਕਮ ਨਾ ਹੋਵੇ। ਜਿਹੜਾ ਤੇਰੇ ਹੁਕਮ ਵਿੱਚ ਆ ਗਿਆ ਉਹ 84 ਲੱਖ ਜੋਰ ਤੋਂ ਪਰੇ ਚਲਾ ਗਿਆ, ਉਹ ਤੇਰੇ ਚਰਨਾਂ ਵਿੱਚ ਜਾ ਕੇ ਸਮਾ ਜਾਂਦਾ, ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਹੀ ਅਰਦਾਸ ਆਪਾਂ ਸਾਰੇ ਆਏ ਹਾਂ, ਆਪਣੇ ਰੰਗਲੇ ਸਿਰਜਣ ਦੀ ਅਰਦਾਸ ਆਏ ਹਾਂ ਕਿ ਦਾਦਾ ਇਹ ਕਿਰਪਾ ਕਰੀ, ਅਸੀਂ ਤੇਰੇ ਚਰਨਾਂ ਵਿੱਚ ਸਾਰੇ ਪਰਿਵਾਰ ਬੇਨਤੀ ਕਰਨ ਆਏ ਹਾਂ ਕਿ ਆਪ ਕੀ ਬਾਰ ਬਖਸ਼ ਬੰਦੇ ਕੋ ਬਹੁਤ ਭਵਜਲ ਭੇਜਾ। ਦੁਰਮੁਖੋ ਇਹ ਸੰਸਾਰ ਜਦੋਂ ਬਣਾਇਆ ਤੇ ਆਪਣੀ ਮੌਜ ਵਿੱਚ ਬਣਾਇਆ, ਰੋਜ਼ ਹਰਿਮੰਦਰ ਸਾਹਿਬ ਤੋਂ ਬਚਨ ਆਉਂਦੇ ਨੇ, ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਮ, ਦੋਈ ਮੂਲ ਸਾਜੀਏ ਕਰ ਆਸਣ ਦੇਖੋ ਜਾ। ਪਰਮਾਤਮਾ ਨੇ ਆਪਣੇ ਆਪ ਨੂੰ ਆਪ ਬਣਾਇਆ, ਉਹਨੂੰ ਬਣਾਉਣ ਵਾਲਾ ਨਹੀਂ ਕੋਈ। ਇਹ ਜਗ ਉਸਦੀ ਛਾਇਆ ਜਿਸਦੀ ਬਾਪ ਨਾ ਮਾਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਆਪਣੀ ਮਰਜ਼ੀ ਨਾਲ ਉਹ ਸ਼ਕਤੀ ਸੰਸਾਰ ਵਿੱਚ ਪ੍ਰਗਟ ਹੈ। ਆਪਣੀ ਮੌਜ ਵਿੱਚ ਆ ਕੇ ਜਿਵੇਂ ਕੋਈ ਕੁਦਰਤ ਸਾਜੀ ਹੈ, ਦੂਜੀ ਕੁਦਰਤ ਬਣਾਈ ਜਿਹਦੇ ਵਿੱਚ ਆਪਾਂ ਸਾਰੇ ਆਉਂਦੇ ਹਾਂ। ਇਹ ਸਰੀਰ ਕੁਦਰਤ ਵਿੱਚ ਆਉਂਦਾ ਹੈ, ਉਹ ਕਾਤਲ ਕੁਦਰਤ ਵਿੱਚ ਨਹੀਂ ਆਉਂਦਾ ਕਿਉਂਕਿ ਉਹਦਾ ਸਰੀਰ ਨਹੀਂ, ਉਹ ਨਿਰੰਕਾਰ ਹੈ, ਉਹ ਅਕਾਲ ਤੋਂ ਰਹਿਤ ਹੈ। ਉਹਦਾ ਨਾ ਰੂਪ ਹੈ, ਨਾ ਰੰਗ ਹੈ, ਨਾ ਵਿਚਾਰ ਹੈ, ਨਾ ਪਾਪ ਹੈ, ਕੁਛ ਵੀ ਨਹੀਂ। ਉਹ ਇੱਕ ਪ੍ਰਕਾਸ਼ ਹੈ, ਪ੍ਰਕਾਸ਼ ਇੱਕ ਸ਼ਕਤੀ ਹੈ, ਇੱਕ ਗਿਆਨ ਹੈ। ਉਹ ਸਾਰੀਆਂ ਜਗ੍ਹਾ ਤੇ ਘੱਟ ਘੱਟ ਹੈ, ਹਰ ਰੂਪ ਵਸੈ ਸੰਤਨ ਪੈ ਉਪਾਰ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਹਾਜ਼ਰ ਹੈ। ਉਹ ਦੁਨੀਆਂ ਦੇ ਅੰਦਰ ਜਲ ਹੈ ਰਾਮ, ਫਲ ਹੈ ਰਾਮ, ਉਹ ਕਿਹੜੀ ਜਗ੍ਹਾ ਕਿਤੇ ਨਹੀਂ। ਵਾਹੋ ਵਾਹੋ ਦਾ ਬੜਾ ਤਮਾਸ਼ਾ, ਇਹ ਤਮਾਸ਼ਾ 84 ਲੱਖ ਜੋਰ ਦਾ ਤਮਾਸ਼ਾ ਲਾਇਆ ਰੱਬ ਨੇ ਤੇ ਅਸੀਂ ਕੀਤਾ। ਤੇ ਗੁਰੂ ਸਾਹਿਬ ਨੇ ਆਖਿਆ ਤੁਸੀਂ ਰਹਿ ਨਹੀਂ ਸਕਦੇ, ਯਤਨ ਕਰੋ ਤੁਮ ਰਹਿ ਨਾ ਪਾਵੋ। ਤੁਸੀਂ ਰਹਿ ਨਹੀਂ ਸਕਦੇ ਸੰਸਾਰ ਤੇ, ਜਿਹੜਾ ਆਇਆ ਜਿਹੜਾ ਜਨਮੇ ਉਹਨੇ ਖਤਮ ਹੋ ਜਾਣਾ ਇੱਕ ਦਿਨ, ਬਹੁਤਾ ਸਮਾਂ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ ਕਹਿ ਮੈਂ ਜਾਂ ਅੱਜ ਜਾਂ ਕੱਲ, ਇਸੇ ਤਰ੍ਹਾਂ ਸੰਸਾਰ ਚੱਲ ਰਿਹਾ। ਕੁਝ ਜਨਮ ਲੈਂਦੇ ਮਰ ਜਾਂਦੇ ਨੇ, ਕੁਝ ਗਰਭ ਦੇ ਵਿੱਚ ਮਰ ਜਾਂਦੇ ਨੇ, ਕੁਝ ਥੋੜ੍ਹਾ ਜਿਹਾ ਸਾਲ 2 ਸਾਲ ਤੋਂ, ਜਿਵੇਂ ਜਿਵੇਂ ਉਹਨੇ ਸੰਸਾਰ ਦਾ ਨਿਯਮ ਬਣਾਇਆ ਇਸੇ ਤਰ੍ਹਾਂ ਸੰਸਾਰ ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਇਹ ਸੰਸਾਰ ਉਹਨੇ ਆਪਣੀ ਮੌਜ ਵਿੱਚ ਬਣਾਇਆ। ਵਾਹੋ ਵਾਹੋ ਦਾ ਬੜਾ ਤਮਾਸਾ, ਆਪ ਹੀ ਜਿਤਵੈ ਆਪ ਹੀ ਹੱਸੇ, ਆਪੇ ਪੀਆ ਘੱਟ ਘੱਟ ਵਾਸਾ, ਆਪੇ ਜਲ ਆਪੇ ਫਲ ਖਮਨ, ਆਪੇ ਚੰਦ ਸੂਰ ਪ੍ਰਗਾਸਾ, ਵਾਹੋ ਵਾਹੋ ਦਾ ਬੜਾ ਤਮਾਸਾ। 42 ਲੱਖ ਜੋਰ ਪਾਣੀ ਦੇ ਅੰਦਰ ਸਵਾਏਮਾਨ ਹੈ, 42 ਲੱਖ ਧਰਤੀ ਦੇ, 84 ਲੱਖ ਜੋਰ ਸੰਸਾਰ ਵਿੱਚ ਚੱਲ ਰਹੀ ਹੈ। ਅੱਜ ਦੀ ਨਹੀਂ, ਜਦੋਂ ਤੋਂ ਉਹਨੇ ਆਪਣੀ ਮੌਜ ਵਿੱਚ ਆ ਕੇ ਦੁਨੀਆਂ ਬਣਾਈ, ਕਦੋਂ ਤੋਂ ਬਣਾਈ ਹੈ ਲੱਗੇ ਪਤਾ ਹੀ ਨਹੀਂ, ਕਿਸੇ ਨੂੰ ਨਹੀਂ ਪਤਾ ਉਸ ਤੋਂ ਪਹਿਲਾਂ ਕੀ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਾਰੂ ਮਹੱਲਾ ਪਹਿਲਾ ਮਾਰੇ ਕਹਿੰਦੇ ਅਲਪਦ ਨਰਪਦ ਹਿੰਦੂ ਕਾਰਾ, ਧਰਮ ਨਾ ਲੰਗਣਾ ਹੁਕਮ ਅਪਾਰਾ, ਨਾ ਉਹ ਧਰਤੀ ਸੀ ਨਾ ਆਕਾਸ਼ ਨਾ ਸੂਰਜ ਨਾ ਚੰਦਰਮਾ, ਕੋਈ ਚੀਜ਼ ਹੀ ਨਹੀਂ ਸੀ ਉਸ ਵੇਲੇ, ਸਾਰੇ ਪਾਸੇ ਧੁੰਦ ਹੀ ਧੁੰਦ ਸੀ। ਆਪਣੀ ਮੌਜ ਵਿੱਚ ਆ ਕੇ ਕੀਤਾ ਵਸਾਓ, ਇੱਕੋ ਪਵਾਓ ਦਿਸਦੇ ਹੋਏ ਲੱਖ ਦਰੀਆ,
परमात्मा ने अपनी मौज में आ के ये सारी दुनिया पान पत्तो कन रचियो जग चक्र सुजान पंजा तत्तां दी देई पंजा तत्तां दा संसार पंजा तत्तां दा विस्तार करके ये दुनिया बना दी। कदों गुरु अमरदास साहिब सच्चे पातशाह पूछिए महाराज कदों बनाई मारे करे कहे नानक सृष्टि का मूल रचिया जोत रखी तां ओह जग में आया। परमात्मा ने जदों सृष्टि साजी उदों 83 लाख एकदम 83 लाख बना दी। पहलों देते रिजक सुबह पिछो देते जंत पहा अनक जतन कर काल सताए मरण लिखाए मंडल में। एक कले मनुख की गल नहीं, बड़े ध्यान न सुना, कले मनुख की कहानी नहीं, 84 लाख ड्रोन का सारे का अंत समा लिख के फिर दुनिया के यह मर्यादा बना दी। परमात्मा ने हर एक जीव की उम्र निश्चित है। संसार कह लगे प्यारे ये वस्तु परमात्मा की जी अंदर बोल रही है जो वैद लिंगी है जी। वैद सिर्फ 5 तत्तों का इलाज करता है, 5 तत्तों ठीक करता है। यह आत्मा से रोगी है ही नहीं, आत्मा से जोत है। कभी जोत को पहले वेखिए सब में जोत जोत है सोए इसदा चन सब में चन होए। आख्या प्यारिया आ जिहड़ी बोलदी है नी भी ताकत अंदरों इह जिहड़ी वस्तु है लै जाएगा। कहन लगे वैद नूं वेख्या ते वैद रोगी तों पहला चिट्ठी आ गई ते वैद कोल गया। अजे रोगी बैठा ते वैद नूं पहला सुनेहा आ गया कबीर वैद मूआ। बाणी पढ़ के वेखो कबीर वैद समा मिलिया संसार दे उत्ते एक वारी आए ते आए कज नहीं सिर्फ मिलन वास्ते थोड़ा जिहा समा एक घंटा तुसीं आ रोना धोना बंद कर दो। हाथ जोड़ के बेनती है आप सारी सारा 239 साल का समा ला के ते नाल उन्हां महापुरशां दी बाणी उन्हां दे स्थानां तों लिया के ते पोथी परमेश्वर का खान बना के 4 वर्णां नूं साझा उपदेश इहदी क्यों लोड़ पई पई। कदी सोचिया इहदी क्यों लोड़ पई पई? गुरद्वारे नाम करदे बेनती सी जरा विचार करिया इह गुरद्वारे इह गुरु ग्रंथ साहिब महाराज इह ज्ञान का सागर तां बनाना पिया कि असी जदों संसार वालों अग खुली ना साजी ते असी रब नूं भुल गए। ਅਸੀਂ ਆਖਿਆ ਰੱਬ ਤੇ ਹੈ ਹੀ ਜੀ। 98% ਲੋਕ ਗੁਰਦੁਆਰਿਆਂ ਵਿੱਚ ਆਉਣ ਵਾਲੇ ਵੀ 98% ਲੋਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਫਿਰ ਬੇਨਤੀ ਸੁਣਿਓ 98% ਲੋਕ ਜਾਂ ਤੇ ਇਹ ਹੋਵੇ ਨਾ ਜਿਹੜਾ ਇੱਕ ਵਾਰੀ ਗੁਰਦੁਆਰੇ ਆ ਗਿਆ ਜਿਹੜਾ ਇੱਕ ਵਾਰੀ ਗੁਰੂ ਘਰ ਆ ਗਿਆ ਜਿਹਨੂੰ ਪਤਾ ਲੱਗ ਗਿਆ ਕਿ ਮਾਨਸ ਸਭ ਦਾ ਜਿਹਨੂੰ ਪਤਾ ਲੱਗ ਗਿਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਰਬੰਸ ਸਵਾਰ ਦਿੱਤਾ ਸਾਡੇ ਤੇ ਉਹ ਦੁਬਾਰਾ ਉਹ ਗੁਰੂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਨਾ ਜਾਂਦੇ। ਇਹ ਤੇ ਕਹਿੰਦੇ ਵੀ ਮੰਨਦੇ ਨੇ ਗੁਰੂ ਨੂੰ ਪਰ ਨਹੀਂ ਖਿਆਲ ਕਰਿਆ ਕਿ ਕਾਰਨ ਕੀ ਸੀ। ਗੁਰੂ ਸਾਹਿਬ ਨੇ ਕਾਰਨ ਲਿਖਿਆ ਵੀ ਜਿਹਨੂੰ ਵੇਖ ਰਹੇ ਨੇ ਨਾ ਜਿਹਦੇ ਮਗਰ ਭੱਜ ਰਹੇ ਨੇ ਤੁਹਾਨੂੰ ਭੁਲੇਖਾ ਲੱਗ ਗਿਆ ਵੇਖਣ ਦੀ ਗਲਤੀ ਲੱਗ ਗਈ ਜੇ ਦੁਨੀਆਂ ਦੇ ਲੋਕ ਉਹ ਤੁਮਾਂ ਹੈ ਜਿਹਦੇ ਮਗਰ ਤੁਸੀਂ ਭੱਜੇ ਭੱਜ ਰਹੇ ਜੋ ਤੁਮਾਂ ਹੈ ਤੇ ਖੰਗਲੋ ਕੀ ਭੁੱਲ ਤੁਮਾਂ ਦਿਸਮ ਸੋਹਣਾ ਅੱਡ ਨਾ ਰੰਗਲੋ ਮੁੱਲ ਨਾਨਕ ਸਾਥ ਨਾ ਦਿੱਲੀ ਮਾਇਆ। ਗੁਰੂ ਨਾਨਕ ਸਾਹਿਬ ਨੇ ਖੇਤਰੀ ਭਾਸ਼ਾਵਾਂ ਨੂੰ ਬੜਾ ਵਰਤਿਆ, ਉਹਨਾਂ ਸ਼ੇਖੂਪੁਰੇ ਦੀ ਭਾਸ਼ਾ ਨੂੰ ਬੜਾ ਵਰਤਿਆ ਕਿਉਂਕਿ ਜਿਹੜਾ ਤਲਵੰਡੀ ਪ੍ਰਗਣਾ ਸੀ ਨਾ ਇਸ ਪ੍ਰਗਣੇ ਦੀ ਭਾਸ਼ਾ ਆਪਣੀ ਅਲੱਗ ਭਾਸ਼ਾ ਹੈ। ਸਾਡੀ ਅਮਰੀਕਾ ਦੀ ਠੇਠ ਪੰਜਾਬੀ ਭਾਸ਼ਾ ਹੈ ਜਿਹੜੀ ਸਾਡੀ ਅਮਰੀਕਾ ਦੀ ਭਾਸ਼ਾ ਹੈ ਨਾ ਉਹ ਜਿਹੜਾ ਸ਼ੇਖੂਪੁਰਾ ਪ੍ਰਗਣਾ ਜਿਹੜਾ ਇਹ ਇੱਕ ਵਿਸ਼ੇਸ਼ ਦਰਜਾ ਰੱਖਦੀ ਹੈ। ਇਸ ਦੁਨੀਆਂ ਦੇ ਅੰਦਰ ਬੜੀ ਵੱਡੀ ਭਾਸ਼ਾ ਹੈ ਜਿਹੜੀ ਉਸੇ ਗੁਰਮੁਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ
ਇਹ ਬਾਣੀ ਦਰਜ ਕਰਦੀ ਸੀ, ਆਖਿਆ ਤੁਹਾਨੂੰ ਥੁੜਕ ਲੱਗ ਗਈ ਵੇਖਣ ਚ। ਸਾਡੇ ਬਜ਼ੁਰਗ ਕਹਿੰਦੇ ਨਿਸ਼ਚਿਤ ਥੁੜਕ ਲੱਗ ਗਿਆ, ਥੁੜਕ ਥੁੜਕ ਮੈਨੇ ਭੁਲੇਖਾ, ਮੈਨੂੰ ਤੇ ਤੁਹਾਨੂੰ ਭੁਲੇਖਾ ਲੱਗ ਗਿਆ। ਇਹ ਜਿਹੜੀ ਦੁਨੀਆ ਇਹ ਹੈ ਤੇ ਜਿਹੜਾ ਰੱਬ ਹੈ ਉਹ ਦਿਸਦਾ ਨਹੀਂ। ਤੇ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਉਹ ਜਿਹਨੂੰ ਵੇਖ ਕੇ ਤੁਸੀਂ ਮੰਨਣਾ ਸੀ ਉਹਨੂੰ ਤੇ ਮੰਨਿਆ ਹੀ ਨਹੀਂ। ਜਿੱਧਰ ਤੁਸੀਂ ਵੇਖ ਰਹੇ ਨੇ ਉਹ ਸਭ ਕੁਝ ਵਿਨਾਸ਼ ਹੈ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਸਗਲ ਵਿਨਾਸ਼ਾ। ਜੋ ਅਸੀਂ ਵੇਖ ਰਹੇ ਹਾਂ, ਤੀਜਾ ਵਚਨ ਫਿਰ ਆਇਆ, ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ। ਇਹ ਜਿਉਂਦਿਆਂ ਵੀ ਉਦੇਸ਼ ਹੈ ਕਿ ਜਿੰਨੀ ਸਮੱਗਰੀ ਵੇਖ ਰਹੇ ਅਸੀਂ ਉਹ ਸਾਰੀ ਛੱਡ ਜਾਣੀ ਹੈ ਤੇ ਛੱਡ ਕੇ ਜਾ ਰਹੇ ਹਾਂ। ਅਸੀਂ ਜਾ ਰਹੇ ਹਾਂ ਛੱਡ ਕੇ ਸਾਰੇ। ਇੱਥੋਂ ਤੱਕ ਗੁਰੂ ਸਾਹਿਬ ਨੇ ਆਖਿਆ ਕਿ ਤਨ ਵੀ ਇੱਥੇ ਛੱਡ ਕੇ ਜਾ ਰਹੇ ਹੈ, ਤੂੰ ਲੈ ਕੇ ਨਹੀਂ ਜਾ ਰਿਹਾ ਨਾਲ। ਜਾਗ ਲੈ ਰੇ ਮਨਾਂ ਜਾਗ ਲੈ, ਕਹਾਂ ਕਾਬਲ ਸੋਇਆ, ਜੋ ਤਨ ਉਪਜਿਆ ਸੰਗ ਸੋ ਵੀ ਸੰਗ ਨਾ ਹੋਇਆ। ਜਿਹੜਾ ਤਨ ਲੈ ਕੇ ਆਇਆ ਮੈਂ ਉਹ ਤਨ ਦੇ ਵਿੱਚ ਦੇਹ ਦੇ ਵਿੱਚ ਇਹ ਜੋਤ ਪਾ ਕੇ ਰੱਬ ਨੇ ਤੈਨੂੰ ਬਣਾ ਕੇ ਦੁਨੀਆਂ ਤੇ ਭੇਜਿਆ, ਉਹ ਤੇ ਪਹਿਲਾਂ ਉਹਨੂੰ ਤੂੰ ਪਹਿਲਾਂ ਛੱਡ ਦਿੱਤਾ। ਉਹ ਜਿਹੜਾ ਸੀ ਬਾਅਦ ਵਿੱਚ ਸ਼ਮਸ਼ਾਨ ਵਿੱਚ ਗਿਆ ਹੈ ਉਹ ਤੋਂ ਪਹਿਲਾਂ ਚਲਾ ਗਿਆ। ਜਿਹੜਾ ਸ਼ਰੀਰ ਨੂੰ ਚੰਗੀ ਤਰ੍ਹਾਂ ਭੋਗ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਇਸ ਦੁਨੀਆਂ ਤੇ ਬੈਠੇ ਹਾਂ, ਉਹ ਦੁਨੀਆਂ ਦੇ ਵਿੱਚ ਕੀ ਕੁਝ ਹੈ। ਅਸੀਂ ਜਿਹੜੀ ਅੱਜ ਅਰਦਾਸ ਕਰਨ ਆਏ ਹਾਂ ਭਾਈ ਸਾਹਿਬ ਦੀ, ਬੇਨਤੀ ਕਰਨਾ ਹੈ ਪਰਮਾਤਮਾ ਦੇ ਚਰਨਾਂ ਵਿੱਚ ਕਿ ਮਹਾਰਾਜ ਉਹਨਾਂ ਦੀ ਆਤਮਾ ਨੂੰ, ਉਹਨਾਂ ਦੀ ਜੋਤ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਆ ਜੀ। ਕਿਉਂਕਿ ਸਰੀਰ ਦਾ ਤੇ ਅਸੀਂ ਜਿਹੜਾ ਅਗਨ ਭੇਟ ਕਰਦੇ ਹਾਂ, ਸਰੀਰ ਦਾ ਸੰਸਕਾਰ ਕਰ ਦਿੱਤਾ, ਤਨ ਜਿਹੜਾ ਸੀ ਉਹਦੀ ਕਹਾਣੀ ਖਤਮ ਹੋ ਗਈ। ਹੁਣ ਆਤਮਾ ਦੀ ਗੱਲ ਹੈ ਤੇ ਆਤਮਾ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਕਦੀ ਮਰਦੀ ਨਹੀਂ। ਆਤਮਾ ਨਾ ਡੁੱਬਦੀ ਹੈ, ਨਾ ਇਹਨੂੰ ਉਚਰਾ ਸਕਦਾ ਹੈ, ਨਾ ਇਹਨੂੰ ਬਿਮਾਰ ਸਕਦਾ ਹੈ, ਨਾ ਕੱਟ ਸਕਦਾ ਹੈ। ਇਹ ਆਤਮਾ ਯੁੱਗਾਂ ਤੋਂ ਚੱਲਦੀ ਆਈ, ਬੇਅੰਤ ਯੁੱਗਾਂ ਤੋਂ ਚੱਲਦਿਆਂ ਚੱਲਦਿਆਂ ਇਹਨੂੰ ਆਹ ਮੌਕਾ ਮਿਲ ਗਿਆ। ਦੁਰਲੱਭ ਇੱਕ ਦੁਰਲੱਭ ਸਮਾਂ ਮਿਲਿਆ। ਮਾਨਸ ਜਨਮ ਅਮੋਲ ਪਾਇਓ, ਬੜਾ ਅਮੋਲ ਮਾਨਸ ਜਨਮ ਮਿਲਿਆ। ਫਿਰ ਆਖਿਆ ਵੱਡਾ ਭਾਗ ਮਾਨਸ ਸਰੀਰ ਪਾਇਆ। ਇਹਦਾ ਮਤਲਬ ਇਹਨੂੰ ਪਹਿਲਾਂ ਬੜੇ ਸਰੀਰ ਮਿਲੇ ਪਰ ਉਹਨਾਂ ਸਰੀਰਾਂ ਦੀ ਅਹਿਮੀਅਤ ਨਹੀਂ। ਦੇਖੋ ਇਸ ਦੁਨੀਆਂ ਦੇ ਅੰਦਰ ਇੱਕੋ ਜੋਨ ਪ੍ਰਗਟ ਹੈ, ਇੱਕੋ ਜੋਨ, ਬਾਕੀ ਦੀਆਂ ਸਾਰੀਆਂ ਜੋਨੀਆਂ ਅਬੋਧ। ਇੱਕੋ ਜੋਨ ਪ੍ਰਗਟ ਹੈ, ਉਹਨੇ ਆਪਣੀ ਮੌਜ ਵਿੱਚ ਆ ਕੇ ਪ੍ਰਗਟ ਕੀਤਾ ਹੈ। ਜਿਹਨੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤੇ ਸਭ ਤੋਂ ਮੋਲ ਨਾ ਮਨੋ ਵਿਸਾਰ, ਜਿਸ ਮਾਲਕ ਨੇ ਇਹਨੂੰ ਪ੍ਰਗਟ ਕਰ ਦਿੱਤਾ। ਇਹ ਤੋਂ ਪਹਿਲਾਂ ਵੀ ਪ੍ਰਗਟ ਨਹੀਂ ਸਰ, ਪਸ਼ੂ ਨਹੀਂ ਪ੍ਰਗਟ। ਕਹਿੰਦਾ ਭਾਵ ਇੱਕ ਇੱਕ ਕੀ ਗਿਣਾਵਾ, ਇੱਕ ਤੋਂ ਬਿਨਾਂ ਸਾਰੀਆਂ ਦੁਨੀਆਂ ਅਬੋਧ ਨੇ। ਨਾ ਕਿਸੇ ਨੂੰ ਰੱਬ ਨੇ ਕੱਪੜਾ ਪਾਇਆ, ਨਾ ਕਿਸੇ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ, ਨਾ ਕਿਸੇ ਜੋੜ ਨੂੰ ਇਹੋ ਜਿਹੇ ਘਰ ਬਣਾ ਕੇ ਦਿੱਤੇ, ਨਾ ਕਿਸੇ ਜੋੜ ਨੂੰ ਸਾਰੇ ਰੰਗ ਵੇਖਣੇ ਆਉਂਦੇ ਨੇ। ਬਾਕੀ ਦੀਆਂ ਸਾਰੀਆਂ ਜੁਨਾ ਬਲੈਕ ਐਂਡ ਵਾਈਟ ਵੇਖ ਰਹੀਆਂ ਨੇ, ਸੰਸਾਰ ਦੋ ਰੰਗ ਤੇ ਸਾਡੀਆਂ ਅੱਖਾਂ ਦੇ ਵਿੱਚ ਇਹੋ ਜਿਹੀ ਜੋਤ ਮਹਾਰਾਜ ਨੇ ਫਿੱਟ ਕਰ ਦਿੱਤੀ ਕਿ ਅਸੀਂ ਸਾਰਾ ਸੰਸਾਰ ਆਪੇ ਹਰ ਇੱਕ ਰੰਗ ਹੈ, ਆਪੇ ਉਹ ਰੰਗੀ ਵੇਖ ਰਹੇ ਹਾਂ, ਅਸੀਂ ਹਰ ਚੀਜ਼ ਨੂੰ ਵੇਖ ਰਹੇ ਹਾਂ। ਔਰ ਸਾਡੇ ਅੰਦਰ ਇੱਕ ਇਹੋ ਜਿਹੀ ਐਨਰਜੀ ਪਾ ਦਿੱਤੀ, ਇੱਕ ਇਹੋ ਜਿਹੀ ਵਿਸ਼ੇਸ਼ ਮੱਤ ਪਾ ਦਿੱਤੀ ਰੱਬ ਨੇ ਕਿ ਰੱਬ ਤੱਕ ਪਹੁੰਚਣ ਦੀ ਸਾਨੂੰ ਮਹਾਰਾਜ ਨੇ ਸ਼ਕਤੀ ਪ੍ਰਦਾਨ ਕਰ ਦਿੱਤੀ ਕਿ ਤੈਨੂੰ ਮੈਂ ਆਪਣੇ ਮਿਲਣ ਵਾਸਤੇ ਸਮਾਂ ਦਿੱਤਾ ਹੈ, ਆ ਮੈਨੂੰ ਮਿਲ। ਆਏ ਮਿਲ ਗੁਰਸਿੱਖ ਆਏ ਮਿਲ, ਓਏ ਤੂੰ ਮੇਰੇ ਗੁਰੂ ਕੇ ਪਿਆਰੇ, ਆ ਆ ਮੈਨੂੰ ਮਿਲ, ਆ ਵੇਖ ਮੈਂ ਤੇ ਹਰ ਥਾਂ ਤੇ ਮੌਜੂਦ ਹਾਂ। ਜਹ ਜਹ ਪੇਟੂ ਤੈ ਹਜੂਰ, ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ।
ਈਸ ਊਤ ਦੇ ਵਿਚਲੇ ਸੋ ਸੰਗੀ ਗਣੀਐ ਬਿਨ ਸਜਾਏ ਜੋ ਜਿਵਕ ਮੈਂ ਸੋ ਅਲਪ ਸੁਖ ਪੜੀਐ। ਵੇਖੋ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਤੋਂ ਹੋਏ ਸਿੱਖਾਂ ਨੇ ਜਿਨ੍ਹਾਂ ਨੇ ਜਾਗ ਕੇ ਵੇਖਿਆ, ਜਿਹੜੇ ਜਾਗ ਗਏ ਉਹਨਾਂ ਨੇ ਆਖਿਆ ਪਤਾ ਲੱਗ ਗਿਆ ਸਾਨੂੰ ਤੂੰ ਤੇ ਹਜ਼ੂਰ ਹੈ, ਤੂੰ ਤੇ ਹਾਜ਼ਰ ਨਾਜ਼ਰ ਹੈ। ਤੇ ਜਦੋਂ ਵੇਖਿਆ ਮੌਤ ਮੌਤ ਵੱਲ ਧਿਆਨ ਮਾਰਿਆ ਕਹਿਣ ਲੱਗੇ ਮੌਤ ਵੀ ਹਾਜ਼ਰ ਹੈ, ਮੌਤ ਤੇ ਦੂਰ ਹੈ ਹੀ ਨਹੀਂ, ਉਹਦਾ ਤੇ ਹੁਕਮ ਹਮ ਆਪ ਵੀ ਹਮ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਬੰਦਾ ਕੁਛ ਨਹੀਂ ਕਰ ਸਕਦਾ, ਬੰਦੇ ਦੇ ਹੱਥ ਕੋਈ ਪਾਵਰ ਨਹੀਂ ਕਿ ਇਸ ਗੱਲ ਦੇ ਵਿੱਚ ਦਖਲ ਦੇਵੇ। ਉਹ ਬੰਦੇ ਨੂੰ ਆਜ਼ਾਦੀ ਦਿੱਤੀ ਪਰਮਾਤਮਾ ਨੇ, ਇੱਥੇ ਰਾਜ ਕਰ, ਇੱਥੇ ਧਨ ਕਮਾ, ਜਿੰਨੀ ਮਰਜ਼ੀ ਸੇਵਾ ਕਰ, ਮਨੁੱਖਤਾ ਦੀ ਬੜਾ ਦਿਮਾਗ ਦਿੱਤਾ ਮਹਾਰਾਜ ਨੇ ਬੰਦੇ ਨੂੰ, ਇੰਨੀ ਕੋਈ ਤਾਕਤ ਦੇ ਦਿੱਤੀ ਕਿ ਇਹਦੇ ਅੰਦਰ ਇੱਕ ਦਸਮ ਦੁਆਰ ਫਿੱਟ ਕਰ ਦੇਗਾ। ਜਦੋਂ ਉਹ ਖੁੱਲਦਾ ਹੈ ਨਾ ਫਿਰ ਗਿਆਨ ਦੀ ਸੀਮਾ ਖਤਮ ਹੋ ਜਾਂਦੀ ਹੈ, ਫਿਰ ਤੇ ਪਤਾ ਹੀ ਨਹੀਂ ਲੱਗਦਾ, ਉਸ ਬੇਅੰਤ ਦੇ ਵਿੱਚ ਅਭੇਦ ਹੋ ਜਾਂਦਾ। ਜਦੋਂ ਦਸਮ ਦੁਆਰ ਖੁੱਲਦਾ ਹੈ ਤੇ ਗੁਰੂ ਦੇ ਪਿਆਰਿਓ ਇਸ ਸਰੀਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਹਰ ਮੰਦਰ ਇਹ ਸਰੀਰ ਹੈ, ਇਹਦੇ ਵਿੱਚ ਰੱਬ ਵੱਸਦਾ ਹੈ, ਇਹ ਸਰੀਰ ਹਰੀ ਦਾ ਮੰਦਰ ਹੈ, ਇਹ ਧਰਮ ਦੀ ਹੈ, ਧਰਮ ਇੱਕ ਨਿਯਮ ਹੈ, ਧਰਮ ਹੈ ਸੱਚਾ ਮਾਰਗ। ਪਰ ਸੱਚਾ ਮਾਰਗ ਗੁਰੂ ਤੋਂ ਬਿਨਾਂ ਪਤਾ ਹੀ ਨਹੀਂ ਲੱਗਦਾ। ਜੋ ਗੁਰੂ ਨੇ ਮਾਰਗ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਬਿਣ ਭਾਗੀ ਪਾਇਆ, ਅਸੀਂ ਰਾਹ ਭੁੱਲ ਗਏ ਹਾਂ ਸਾਰੇ ਤੇ ਭੁੱਲੇ ਹੋਏ ਅਸੀਂ ਸੂਰੇ ਖਾ ਰਹੇ ਹਾਂ। ਰੋਜ਼ ਸਾਡਾ ਹਾਲ ਇੰਨਾ ਮਾੜਾ ਹੈ ਕਿ ਜੀਉ ਤਪਤ ਹੈ ਬਾਰੋ ਬਾਰ ਤਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਮੌਤ ਬੇਕਾਰ। ਕਿਉਂ ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿਉਂ ਸਾਡੇ ਕੋਲ ਸਰੀਰ ਬੜਾ ਵਧੀਆ, ਸਾਡੇ ਕੋਲ ਮਾਇਆ ਬੜੀ ਵਧੀਆ, ਸਾਡੇ ਕੋਲ ਬਹੁਤ ਸਾਧਨ ਨੇ, ਕੋਈ ਕਮੀ ਨਹੀਂ। ਤੇ ਗੁਰੂ ਜੀ ਤੁਸੀਂ ਦੱਸ, ਤੁਸੀਂ ਕਹਿ ਰਹੇ ਜੀ ਸੜਦੇ ਸੜਦੇ ਹਾਂ, ਦੱਸੋ ਕਿਹੜਾ ਸੁਖੀ ਹੈ ਦੁਨੀਆਂ ਦੇ ਵਿੱਚ, ਕੁਝੀ ਭਾਏ ਹਲੈ ਸੰਸਾਰਾ ਭਗਵਾਨ ਵਿਆਪੈ ਮਾਇਆ। ਮੇਰੇ ਸਤਿਗੁਰੂ ਨੇ ਆਖਿਆ ਜੀਉ ਤਪਤ ਹੈ ਬਾਰੋ ਬਾਰ, ਬੜੀ ਗੰਭੀਰ ਗੱਲ ਹੈ ਗੁਰਮੁਖੋ। ਮੈਂ ਆਪ ਜੀ ਦਾ ਇੱਕ ਮਿੰਟ ਵੀ ਜਾਇਆ ਨਹੀਂ ਜਾਣ ਲੈਣਾ ਚਾਹੁੰਦਾ, ਜਿੰਨਾ ਚਿਰ ਬੋਲੇ ਸਿਰਫ ਨਰੋੜ ਬਾਣੀ ਦੇ ਵਿੱਚ। ਤੁਸੀਂ ਜਿਹੜੇ ਪੜ੍ਹੇ ਲਿਖੇ ਬੈਠੇ ਨੇ ਮੇਰੇ ਸਾਹਮਣੇ, ਮੈਨੂੰ ਪਤਾ ਹੈ ਤੁਸੀਂ ਇੱਕ ਇੱਕ ਗੱਲ ਪਕੜਦੇ ਜੇ, ਬੜੇ ਸੂਝ ਮਨ ਬੈਠੇ ਨੇ ਸਾਰੇ। ਬੀਬੀਆਂ ਭੈਣਾਂ ਨੂੰ ਮੈਂ ਬੇਨਤੀ ਕੀਤੀ ਸੀ, ਉਹਨਾਂ ਮੇਰੀ ਬੇਨਤੀ ਪ੍ਰਵਾਨ ਕੀਤੀ, ਬਹੁਤ ਬਹੁਤ ਧੰਨਵਾਦ ਬੀਬੀਆਂ ਦਾ, ਉਹਨਾਂ ਨੇ ਬੜਾ ਸੋਹਣਾ ਟਿਕਾਓ ਬਣਾਇਆ। ਹੁਣ ਕਾਰਨ ਕੀ ਹੈ ਇੱਥੇ ਹੁਣ ਰੋਜ਼ ਬੜਾ ਜਿਹਾ, ਕਾਰਨ ਕੀ ਹੈ ਕਿਉਂ ਤਪ ਰਹੇ ਹਾਂ ਸਾਰੇ? ਬੜੀ ਮਿਸਾਲ ਦੀ ਗੱਲ ਹੈ ਕਿ ਗਰੀਬ ਤੇ ਰੋ ਰਿਹਾ, ਗਰੀਬ ਨੂੰ ਤੇ ਕੱਲ ਦੀ ਰੋਟੀ ਦੀ ਉਹਦੇ ਦਿਹਾੜੀ ਕਰਦਾ ਹੈ ਤੇ ਉਹ ਫਿਰ ਵੀ ਰਾਤ ਪੂਰੀ ਨੀਂਦ ਸੁੱਤਾ ਹੈ। ਅਮੀਰ ਕਿਉਂ ਗੋਲੀਆਂ ਖਾ ਕੇ ਸੁੱਤਾ ਹੈ? ਅਮੀਰ ਕਿਉਂ ਸ਼ਰਾਬ ਪੀ ਕੇ ਸੁੱਤਾ ਹੈ? ਇਹਦਾ ਰਾਤ ਨੀਂਦ ਕੀ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਮੇਰੇ ਸਤਿਗੁਰੂ ਨੇ ਦੱਸਿਆ, ਜਿਸ ਗ੍ਰਹਿ ਬਹੁਤ ਇਸ ਗ੍ਰਹਿ ਚਿੰਤਾ ਤੇ ਚਿੰਤਾ ਚਿਖਾ ਬਰਾਬਰ ਹੈ। ਬਾਬੇ ਫਰੀਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਬਾਬਾ ਜੀ ਤੁਸੀਂ ਕਹਿੰਦੇ ਹੋ ਮੈਂ ਸਾਰਾ ਸੰਸਾਰ ਸੜਦਾ ਵੇਖਿਆ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸੁਆਇਆ ਜਗ, ਉੱਚਾ ਚੜ ਕੇ ਦੇਖਿਆ ਤਾਂ ਘਰ ਕਰੇ ਹਾਂ ਆਖਿਆ ਹਾਂ ਮੈਂ ਦੁਨੀਆ ਨੂੰ ਅੰਦਰੋਂ ਵੇਖਿਆ, ਫਰੀਦਾ ਦੁੱਖਾਂ ਸੇਤੀ ਦੇ ਗਿਆ ਦੇ ਮੇਰੇ ਦਿਨ ਦੁੱਖਾਂ ਸੇਤੀ ਦੇ ਗਿਆ ਸੁਣਾ ਸੇਤੀ ਰਾਤ ਆ ਗਏ ਚਿੰਤਾ ਦੀਆਂ ਸੂਲਾਂ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਤਨੀ ਬੇੜਾ ਪਰਵਾਹ। ਉਹ ਦੁਨੀਆਂ ਦੇ ਲੋਕੋ ਪਾਤਨ ਆ ਖਲੋਤਾ ਦੇ ਭਲਾ ਸੰਸਾਰ ਸਾਗਰ ਦੇ ਕਿਨਾਰੇ ਤੇ ਸਾਰੀ ਦੁਨੀਆਂ ਨੂੰ ਪੁਕਾਰ ਪੁਕਾਰ ਕੇ ਕਹਿ ਰਿਹਾ ਜੇ ਉਹ ਬੇੜਾ ਬੰਦ ਨਾ ਸਕੇ ਉਹ ਬੰਧਨ ਕੀ ਮੇਲਾ ਭਰ ਸਰਵਰ ਜਾ ਪੁੱਛ ਲੈ ਤਨ ਕਰਨ ਲੋਹੀਲਾ। ਬਾਬਾ ਕਿਹੜਾ ਬੇੜਾ? ਆਖਿਆ ਜਪ ਤਪ ਦਾ ਬੰਦ ਬੇੜਾ ਜਿਤ ਲੰਘੇ ਮਹੀਲਾ। ਉਹ ਦੁਨੀਆਂ ਦੇ ਲੋਕੋ ਅੰਮ੍ਰਿਤ ਵੇਲੇ ਉੱਠੋ ਜਪ ਤਪ ਦਾ ਬੇੜਾ ਮੰਨ ਲਵੋ, ਉਹ
सरोवर से छला पा मारता है सागर से मनु बेटे वे जो पार होने आख्या पार कैसे पाए तो रे को दे समझाए ये मेरे बालका समझा पार किए लगा गए ते आख्या के सागर सोई करे जो हर गुरु गाए इथे साध संगत कै सब वसै मन भागी पाए जेड़ा गुरु की हजूरी च अमृत वेले उठ के आके गुण गाएगा वो तर जाएगा संसार ते मेरे पातशाह ने हरिमंदर साहब को भजन किया आख्या दुनिया के लोगो क्यों सड़ते जे पे तुहाडे अंदर की हाल हालत बड़ी माड़ी मैं वेखी के जियो तपत है बारो बार तप तप कपे बहुत बेकार कारण कह कहे जय तन बाणी मिसर जाए हुण ध्यान दिया जे बाणी पढ़नी किन्नी जरूरी जय तन बाणी मिसर जाए ज्यों पक्का रोगी मिल लाए पक्का रोगी किन आते ओ राजा जनमेजा बड़ा जो मन चुना बनाओ हिंदुस्तान का बादशाह ते दो चार बंदिया ने खड़िया लो लुहान सारा शरीर ते एक कुली एक छपरी ओदे विच बैठा एक साधु ओदे घर वल नूं लै के जा रहे एक साधु गुरु जी दे कोल पुछी उस महान साधु का नाम गुरु ग्रंथ साहिब दर्ज ऋषि वेद व्यास ऋषि वेद व्यास एहो जी एक महान शख्सियत है जिन्हें दुनिया सब तो पहला प्यार व्यार विचार महाराज की बाणी कह रही ओ जिवें लो लोहान होया रोवे जनमेजा खोए गया की कारण पाती भया ओ हालत मेरे ते तुहाडे हिरदे दी हुई पई अज मारे कहे जय तन बाणी विसर जाए ज्यो पक्का रोगी मिलाए विचार करके वेखो जेता हो प्रीत स्वाद सब काल दागा दाग ते बहु गिनती पता की कहिए कहिंदे ने गेंदियां दा किहड़ा काम छड्डो मरा इहनां दी गल सुणीए ते कामे होवे कदा कदा बड़ियां गल्लां करदे ने जे आखीए ओ भई हुण गिनती हो गई उत्ते बनावण छड्ड दिओ ਇਹਦੇ ਕੇਸ ਗੜ ਇਸ ਧਰਤੀ ਦੇ ਉੱਤੇ ਬਣਿਆ ਗੁਰੂ ਗੋਬਿੰਦ ਸਿੰਘ ਨੇ ਕੇਸ ਗੜ ਬਣਾ ਦਿੱਤਾ ਤੇ ਗਏ ਨੀ ਕਦੀ ਕੇਸਗੜ ਸਾਹਿਬ ਤੇ ਗੁਰੂ ਨੂੰ ਕਿਹੋ ਜਿਹਾ ਮੁੱਖ ਆਇਆ ਤੇ ਜਾ ਕੇ ਕਹਿੰਦੇ ਹੇਮਕੁੰਡ ਸਾਹਿਬ ਵੀ ਜਾਏ ਗੁਰੂ ਨੂੰ ਮਿਲਿਆ ਤੇ ਹਰਿਹੂਰ ਸਾਹਿਬ ਵੀ ਜਾਏ ਤੇ ਕਹਿੰਦੇ ਅਸਲ ਤੇ ਹੋਇਆ ਨੀ ਕਿਹੜਾ ਇੱਕ ਵੀ ਨੀ ਤੁਹਾਡਾ ਹੁਣ ਛੱਡ ਦਿਓ ਕੇਸ ਗੜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਕਿੰਨੀ ਉੱਚੀ ਤੇ ਪਵਿੱਤਰ ਜਿਨ੍ਹਾਂ ਨੇ ਸਿੱਖ ਨੂੰ ਕੇਸ ਗੜ ਬਣਾ ਕੇ ਤਖਤ ਬਣਾ ਕੇ ਦੇ ਦਿੱਤਾ ਸਿੱਖਾ ਇਸ ਤਖਤ ਨਾਲ ਜੁੜਿਆ ਨਹੀਂ ਤੇਰੀ ਸਾਬਤ ਸੁਰਤ ਸਦਾ ਕਾਇਮ ਰਹੇ ਅਸੀਂ ਨਹੀਂ ਸਮਝੇ ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਸਾਡੇ 'ਚ ਕਮੀ ਸਾਡੇ 'ਚ ਕਮੀ ਅਸੀਂ ਇਹ ਜਿਹੜਾ ਗਿਆਨ ਹੈ ਨਾ ਭੰਡਾਰ ਇਹ ਇੱਥੇ ਵਰਤਾ ਨਹੀਂ ਸਕੇ ਪਿੰਡਾਂ ਦੇ ਵਿੱਚ ਕੱਲ੍ਹ ਵੀ ਮੈਂ ਬੇਨਤੀ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਨੇ ਉੱਠ ਕੇ ਬਾਅਦ ਵਿੱਚ ਤਾਇਦ ਕੀਤੀ ਕਹਿਣ ਲੱਗਾ ਅਸੀਂ ਹਾਂ ਰਾਜਨੀਤਿਕ ਬੰਦੇ ਹਾਂ ਪਰ ਭਾਈ ਸਾਹਿਬ ਤੇ ਸੱਚ ਬੋਲਦੇ ਨੇ ਇਹਦੇ ਸੱਚ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੇ ਕਹਿੰਦੇ ਅਸੀਂ ਆਖਿਆ ਵੀ ਕਦੀ ਕਦੇ ਸਾਨੂੰ ਮਾਫ਼ ਕਰ ਦਿਆ ਮੈਂ ਕਿਹਾ ਸੱਚ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੁਸੀਂ ਏਡੀ ਵੱਡੀ ਲਹਿਰ ਚਲਾਈ ਰਿਸ਼ਤੇਦਾਰ ਲਹਿਰ ਸ਼੍ਰੋਮਣੀ ਕਮੇਟੀ ਨੇ ਚਲਾਈ ਤੇ ਵੱਡੇ ਗੁਰਦੁਆਰਿਆਂ ਦੇ ਵਿੱਚ ਕੈਮਰੇ ਲਾ ਕੇ ਟੀਵੀ ਤੇ ਆਪਣੇ ਸਾਰੇ ਸੱਜ ਕੇ ਪ੍ਰਚਾਰ ਕਰਕੇ ਤੇ ਬੱਲੇ ਬੱਲੇ ਤੇ ਪਿੰਡਾਂ ਦੇ ਵਿੱਚ ਸੰਗਤ ਬੈਠੀ 80% ਪਿੰਡਾਂ 'ਚ ਸੰਗਤ ਬੈਠੀ ਜਿਹੜੀ ਅਜੇ ਮੱਸਿਆ ਗੁਜ਼ਰੀ ਜਿਹੜੀ ਅਜੇ ਪੁੰਨਿਆ ਤੇ ਸੰਗਰਾਮ ਦੀ ਪੂਜਾ ਵੀ ਕਰਦੀ ਉਹ ਰੱਬ ਨੂੰ ਕਦੋਂ ਮੰਨਣਗੇ ਉਹਨਾਂ ਨੂੰ ਜਗਾਓ ਜਾ ਕੇ ਉਹਨਾਂ ਨੂੰ ਆਖੋ ਸਿੱਖਾ ਤੇਰੀ ਰੋਜ਼ ਹੀ ਸਿਖਾਤ ਹੈ ਅੰਮ੍ਰਿਤ ਵੇ ਆ ਗੁਰੂ ਦੀ ਝੁਰੀ 'ਚ ਆ ਗੁਰੂ ਦੀ ਝੁਰੀ ਜੁੜ ਮਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਰੋਜ਼ ਆ ਉਹ ਤੁਸੀਂ ਹਨੇਰੇ ਦੇ ਪੁਜਾਰੀ ਬਣੇ ਨੇ ਚਾਨਣ ਦੇ ਕਦੋਂ ਬਣੋਗੇ ਰੋਜ਼ ਹਰਿਮੰਦਰ ਸਾਹਿਬ ਤੋਂ ਆਵਾਜ਼ ਆਉਂਦੀ ਕੂੜ ਅਮਾਵਸ ਸੱਚ ਚੰਦਰਮਾ ਨੀਸੇ ਨਹੀਂ ਕਹਿ ਚੜੇ
ਤੇ ਅਸੀਂ ਕਹਿੰਦੇ ਹਾਂ ਮੱਸਿਆ ਮਨਾਣ ਕੱਲਿਆਂ ਖੀਰਾਂ ਲੈ ਕੇ ਦੁੱਧ ਲੈ ਕੇ ਪੂਜਾ ਤੇ ਮੱਸਿਆ ਦੀ ਹੋ ਰਹੀ ਪੂਜਾ ਤੇ ਹੋ ਰਹੀ ਹੈ ਬੜੀਆਂ ਮਸਾਣਾਂ ਦੀ ਪੂਜਾ ਹੋ ਰਹੀ ਅਜੇ ਬਰਸੀਆਂ ਮਨਾਈਆਂ ਜਾ ਰਹੀਆਂ ਨੇ ਅਜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਉਸੇ ਦਿਨ ਹੀ ਮਨਾਉਂਦੇ ਹਾਂ ਕਿ ਪਿੱਛੇ ਨਹੀਂ ਮਨਾਉਂਦੇ ਗੁਰੂ ਕੇ ਪਿਆਰੇ ਉੱਧਰ ਤੁਰੇ ਜਾਂਦੇ ਹਾਂ ਕਮੀ ਸਾਡੇ ਕੇ ਮੈਂ ਤੇ ਆਪਣੀ ਗੱਲ ਨਹੀਂ ਮੰਨਣਾ ਭਾਵੇਂ ਆਜ਼ਾਦ ਪ੍ਰਚਾਰਕ ਅਸੀਂ ਜਿੱਥੇ ਸੰਗਤ ਹੁਕਮ ਕਰਦੀ ਪਹੁੰਚ ਜਾਂਦੇ ਪਰ ਗੁਰਬਾਣੀ ਨੂੰ ਜੇ ਉਹ ਭੂ ਪੜੋ ਮਹਾਰਾਜ ਆਖਿਆ ਦੇਤਾ ਮੋਹ ਪ੍ਰੀਤ ਸਵਾਦ ਸਭਾ ਕਾਲ ਦਾਗਾ ਦਾਗ ਦਾਸ ਦਾਗ ਦੋਸਤ ਮੂੰਹ ਚੱਲਿਆ ਲਾਏ ਦਰਗਹਿ ਮਹਿਸੂਸ ਨਾ ਹੀ ਜਾਏ ਇੱਥੋਂ ਹੀ ਕਹਿ ਦਿੰਦਾ ਸਾਰਾ ਕੁਝ ਇੱਥੋਂ ਹੀ ਤੁਸੀਂ ਵਿਦੇਸ਼ ਜਾਂਦੇ ਜੇ ਤੇ ਸਾਰਾ ਕੁਝ ਤੁਹਾਨੂੰ ਟਿਕਟ ਤੇ ਪਤਾ ਲੱਗ ਜਾਂਦਾ ਕਿੰਨੇ ਵਿੱਚ ਜਹਾਜ਼ ਉਤਰੇਗਾ ਕਿੱਥੇ ਉਤਰੇਗਾ ਉੱਥੇ ਮੌਸਮ ਕੀ ਹੋਵੇਗਾ ਉੱਥੇ ਜਦੋਂ ਜਹਾਜ਼ ਉੱਠਦਾ ਉੱਤੇ ਤੇ ਸਕਰੀਨ ਦੇ ਉੱਤੇ ਆ ਰਿਹਾ ਹੁੰਦਾ ਵੀ ਇਹ ਸੰਗਤ ਇਹ ਜਹਾਜ਼ ਕਿੱਥੋਂ ਲੰਘ ਰਿਹਾ ਕਿਹੜੇ ਦੇਸ਼ ਤੋਂ ਪਰਬਤ ਤੋਂ ਸਮੁੰਦਰ ਤੋਂ ਜੰਗਲ ਤੋਂ ਇੱਥੇ ਟੈਂਪਰੇਚਰ ਕੀ ਤੇ ਇੱਥੇ ਟਾਈਮ ਕੀ ਜਿੱਥੇ ਉਤਰਨਾ ਹੈ ਉੱਥੇ ਟੈਂਪਰੇਚਰ ਕੀ ਤੇ ਟਾਈਮ ਕੀ ਸਾਰਾ ਕੁਝ ਬਿਲਕੁਲ ਇਸੇ ਤਰ੍ਹਾਂ ਮੇਰੇ ਪਾਤਸ਼ਾਹ ਨੇ ਸਾਰਾ ਕੁਝ ਲਿਖ ਦਿੱਤਾ ਬੰਦਿਆਂ ਅੱਗੇ ਕੀ ਹੋਵੇਗਾ ਆਹ ਦੋ ਰਾਹ ਨੇ ਇੱਕ ਗੁਰਮੁਖ ਦਾ ਤੇ ਇੱਕ ਮਨਮੁਖ ਦਾ ਮਰਜ਼ੀ ਮੇਰੀ ਜਿਹੜੇ ਮਰਜ਼ੀ ਗੁਰੂ ਨੇ ਬਾਹਰ ਹੀ ਬੜੀ ਕਿਸੇ ਗੁਰੂ ਸਾਹਿਬ ਨੇ ਆਖਿਆ ਜੈਸਾ ਬੀਜੈ ਸੋ ਲੁਣੇ ਕਰਮਾ ਸੰਗਦਾ ਖੇਤ ਮਰਜ਼ੀ ਤੇਰੀ ਹੈ ਜਿਹੋ ਜਿਹਾ ਬੀਜੇ ਉਹ ਜਿਹਾ ਵੱਢ ਲਏਗਾ ਪਰ ਤੈਨੂੰ ਇੱਕੋ ਗੱਲ ਦੀ ਲੋੜ ਹੈ ਬਾਕੀ ਕੰਮ ਮੈਂ ਕਰਾਂਗਾ ਤੂੰ ਸਿਰਫ ਬੰਦਾ ਬਣ ਗਿਆ ਜਿੱਦਣ ਬੰਦਾ ਬਣ ਗਿਓ ਮੈਂ ਤੈਨੂੰ ਆਪੇ ਮਿਲ ਜਾਂਗਾ ਮੈਨੂੰ ਲੱਭਣ ਦੀ ਲੋੜ ਨਹੀਂ ਬੰਦਾ ਹੋਏ ਸੋ ਬੰਦਗੀ ਗਹਿ ਬੰਦੇ ਬੰਦਗੀ ਇਖਤਿਆਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਗੁਰੂ ਕੇ ਪਿਆਰਿਓ ਜਿਹੜਾ ਇਹ ਚੀਜ਼ ਕੀ ਹੈ ਸਾਰੀ ਬਾਣੀ ਪੜ੍ਹ ਕੇ ਵੇਖ ਲਓ ਕਿੰਨੇ ਨਹੀਂ ਲਿਖਿਆ ਵੀ ਤੁਸੀਂ ਰਹਿਣ ਆਏ ਸਾਰੀ ਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਜੈਸੇ ਰਹਿਣ ਪ੍ਰਾਹੁਣੇ ਉੱਠ ਚਰਸੇ ਪ੍ਰਭਾਤ ਇੱਥੇ ਤੇ ਸਮਾਂ ਹੈ ਨਹੀਂ ਇੱਥੇ ਤੇ ਡੰਡਾ ਡੇਰਾ ਇਹ ਨਹੀਂ ਜੈ ਡੇਰਾ ਤੇ ਜਾਨ ਤੇਰਾ ਘਰ ਹੀ ਹੈ ਨਹੀਂ ਇੱਥੇ ਇੱਥੇ ਤੇ ਵੇਖ ਤੂੰ ਵੱਡੇ ਵੱਡੇ ਦੁਨੀਆਂ ਦੇ ਬੰਦੇ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਵੀ ਗਏ ਕੂੜਾ ਸੌਦਾ ਕਰ ਗਏ ਪੁਰੀ ਆਏ ਗਏ ਕਹਿ ਲੱਗੇ ਉਹ ਵਿਚਾਰੇ ਕਬਰਾਂ 'ਚ ਪਏ ਨੇ ਕੂੜਾ ਸੌਦਾ ਕਰ ਗਏ ਸੱਚ ਨਾਲ ਨਹੀਂ ਜੁੜੇ ਪਰ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਨਾ ਗੁਰਮੁਖ ਬੜਾ ਕਮਾਲ ਮਹਾਰਾਜ ਨੇ ਆਖਿਆ ਕਿਰਤ ਕਰੋ ਸੋਹਣੇ ਘਰ ਬਣਾਓ ਸੋਹਣੇ ਕੱਪੜੇ ਪਾਓ ਚੰਗੀ ਪ੍ਰਕਾਰ ਦੇ ਭੋਜਨ ਛਕੋ ਆਪਣਾ ਜੀਵਨ ਬਹੁਤ ਵਧੀਆ ਬਹੁਤ ਸੋਹਣਾ ਜੀਵਨ ਜਿਹੜਾ ਤੇ ਨਾਲ ਸਾਡੇ ਵੀ ਰਾਹ ਖੋਲ੍ਹ ਦਿੱਤਾ ਕਿ ਦੁਨੀਆਂ ਦੇ ਲੋਕੋ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਪਰਮਾਤਮਾ ਦੇ ਚਰਨਾਂ ਜਦੋਂ ਬਾਕੀ ਸਾਰਾ ਦਿਨ ਕੰਮ ਕਰੋ ਇਹ ਨਹੀਂ ਕਿਤੇ ਲਿਖਿਆ ਵੀ ਗੁਰਦੁਆਰੇ ਬੈਠੇ ਰਹੋ ਨਹੀਂ ਚੌਥੇ ਪੈਰ ਸੁਬਾ ਪੈ ਸੁਣਦਿਆਂ ਉਪਜੈ ਚਾਓ ਅੰਮ੍ਰਿਤ ਵੇਲਾ ਸੱਚ ਨਾਮ ਅਡਿਆਈ ਵਿਚਾਰ ਕਰਮੀ ਆਇਆ ਕੱਪੜਾ ਨਗਰੀ ਮੋਹ ਦੁਆਰ ਨਾਨਕ ਕਿਵੇਂ ਜਾਣੀਏ ਸਭ ਆਪੇ ਸੱਚ ਆਪਾਂ ਇਸ ਗੱਲ ਨੂੰ ਜੇ ਸਮਝੇ ਨਹੀਂ ਪਕੜਨ ਵੱਲ ਨਹੀਂ ਆਏ ਅਜੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਪ੍ਰਚਾਰ ਜਿਹੜਾ ਹੈ ਪ੍ਰਸਾਰ ਜਿਹੜਾ ਹੈ ਉਹਨੂੰ ਇੰਨਾ ਪਹਿਲੇ ਨੰਬਰ 'ਤੇ ਰੱਖੀਏ ਆਪਣੇ ਪਿੰਡਾਂ ਦੇ ਵਿੱਚ ਇੰਨਾ ਪ੍ਰਚਾਰ ਕਰੀਏ ਕਿ ਕਿਸੇ ਸਰਕਾਰ ਨੂੰ ਕਹਿਣ ਦੀ ਲੋੜ ਨਾ ਪਏ ਅਸੀਂ ਪਤਾ ਕਿਹੜੇ ਕੰਮ ਲੱਗੇ ਕਰਨਾ ਹੁਣ ਅਸੀਂ ਇੱਕੋ ਗੱਲ ਕਰ ਲਈ ਵੀ ਜਿਹੜਾ ਉਹਦਾ ਸਰਕਾਰ ਦੀ ਮੰਡੀ ਕਰਦਾ ਜਿਹੜਾ ਉਹਦਾ ਸਰਕਾਰ ਦਾ ਕੰਮ ਨਹੀਂ ਹੈ ਇਹ ਕੰਮ ਹੈ ਨਿਰੰਕਾਰ ਦਾ ਇਹ ਕੰਮ ਹੈ ਵਾਹਿਗੁਰੂ ਦਾ ਇਹ ਕੰਮ ਹੈ ਗੁਰੂ ਦਾ ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਸਰਕਾਰਾਂ ਨਸ਼ੇ ਬੰਦ ਕਰਦੇ ਜੀ ਸਾਡੇ ਬੱਚੇ ਬਿਲਕੁਲ ਨਸ਼ੇ ਖਾਣ ਲੱਗ ਗਏ ਜੀ ਪੰਜਾਬ ਉੱਡ ਗਿਆ ਜੀ ਕਿਉਂ ਉੱਡ ਗਿਆ ਜਿਸ ਪੰਜਾਬ ਦੇ ਉੱਤੇ ਸੱਚ ਖੰਡ ਪ੍ਰਗਟ ਕਰਤਾ ਅਕਾਲ ਪੁਰਖ ਨੇ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰਮੁਖੋਂ ਕਿਸੇ ਕੌਮ ਕੋਲ ਨਹੀਂ ਜਾ ਕੇ ਆਉਂਦਾ ਕਰ ਗੁਜਰਾਤ ਦੇ ਲੋਕਾਂ ਨੂੰ ਪੁੱਛਿਆ ਫਿਰ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਲੰਘਦਿਆਂ ਉਹਨਾਂ ਨੂੰ ਪੁੱਛਿਆ ਬਿਠਾ ਕੇ ਤੁਹਾਨੂੰ ਸਾਡਾ ਹਰਿਮੰਦਰ ਕਿਵੇਂ ਦਾ ਲੱਗਾ ਤੁਸੀਂ ਮੰਨੋਗੇ ਨਹੀਂ ਰੋਣ ਹੀ ਲੱਗ ਪਏ ਸਾਡੇ ਕਹਿਣ ਲੱਗੇ ਜੀ ਪਹਿਲੀ ਵਾਰ ਆਏ ਹਾਂ
और भगवान ने हमें दिया ही कुछ नहीं दिया, भगवान ने आपको सब कुछ दे दिया, हमारे तो पास ही कुछ नहीं। और गुरु के प्यारे पूछ के वेखो थोड़े को खजाना जरा है ते तुसी छड के खजाना होर पासे तुरे मिलते ने। धन गुरु गोबिंद सिंह महाराज सच्चे पातशाह जिन्होंने दुनिया के उत्ते विशाल कैम कर दी थी, धन गुरु अर्जन देव साहब सच्चे पातशाह उन्हों का शहीदी पुरब आ रहा ना जून के विसाखी के नेड़े आ गई, पर कहीं तुम अपने बच्चों अपने पिंड के उजले करता है वो मालिक बड़ा मेहनत है हर थान से हाजिर हाजिर है। इस करके गुरु के प्यारे हो अज इस होर कलयुग के होर कलयुग है होर कलयुग पुछो आ गए गुरु महाराज सर दसो कलयुग का धर्म कहो तो भाई कि छूटा है हम शुरू कर दी किमें मुक्त हो कलयुग के धर्म विचों ये काली अग पी बलती है ते सारी दुनिया सड़ती भी सड़ते साहब ने आख्या कल बदलती ठंडा हर बनाओ सिमर सिमर सदा सुख पाओ पाओ बिन सह पूर्ण व्यास भगत पाए आत्म प्रकाश तित घर जाए मसै विनाशी कहो नानक काटी जाऊंगा। इस करके गुरु के प्यारियों लोड़ है अज इस होर कलयुग में नाम जपण की उठते बहुत नाम जपो गुरु घर जुड़ जाओ रोज सवेरे उठ के सारे बच्चे बजुर्ग नौजवान रोज एक बारी महाराज के चरणा सवेरे जुड़िया करो जाके पंजाब की धरती से होर भी लोड़ ने सब तो वही लोड़ कि अज बीमारिया ने साडे ते हमला भावें गलती साड़ी है पर हमला बीमारिया ने हर सदमें बल्ले कैसे हो चुका है रोज थोड़े मोबाइलों चाह रहे हैं सारा कुछ प्रचार हो रहा है यदा लाभ की आ जो नौजवान बच्चे ने उन्होंने खास करके बेनती है तो कोई रोग ना लगे क्योंकि बच्चे तो नौजवान जोड़े ने खास करके वो धर्म समाज के राजनीति की और रीढ़ की हड्डी ने समाज की सृजना नौजवानों ने मोढ़िया ये वास्ते लोड़ है कर इशनान सिमर प्रभ अपना मन तन भय अरोगा ये कुदरत का तोहफा सारिया वास्ते में सारिया को लोड़ है अमृत उठ के इशनान करके परमेश्वर का नाम दस भी मिनट जिन्ना चर जपया तो जपया करो नहीं तो रोग ना लगेगा हर जन आरोग भय गुरबचनी जिन्ना जपया मेरा हर हर इनके मोमै रोग गए गुरु कृपा करे मेरा सहज सच्चा पातशाह सारिया संगतान नाम चिंतावे सरदार हरबंस सिंह जी जो ये परिवार सारा लग ही जाता है कोई जान पछाण के मुछाज नहीं सब को पता है ये बड़े अगा वधू किसान समाज वाले का बड़ा प्यार है गुरु के प्यारे इन्होंने बजुर्ग भी बड़े चढ़ती कला वाले अमरदार सन अज ये परिवार किरत करने वाला है और समाज सेवा करने वाला परिवार महाराज सरदार हरबंस सिंह जी अपना निवास बच्चे परिवार और बच्चों भाणा मन का बल चढ़ती कला नाम की दात सतगुरु बख्शिश कर जितों जितों संगत आईया ने सब नाम चिंतावे सारिया का महाराज सिर से मेल प्रयासरा की जन्म सुधरा कर भुला की खिमा करनी गुरु ग्रंथ साहब का मेहनत धनबाद सारी संगत का धनबाद सारिया ने मिलकर छे पौड़िया मनसा का पाठ करना है उपरंत भाई साहब की अरदास करेंगे सेवक को सेवा बन आई हुक्म बोझ परम पद पाई इसके ऊपर नहीं विचार जाकै मन रस्या निरंकार बंधन तोर भय निर्वैर अन दिन पूजे गुर के पैर ए लोक सुखिए पर लोक सुहेले नानक हर प्रभु आपे मेले वाहिगुरु जी का प्रसाद वाहिगुरु जी की राम कली एक ओंकार सतगुर प्रसाद आनंद मया मेरी माए सतगुर तो पाया सहज सेती मन बजिया
पातशाह जीओ विछड़ी हुई रूह नूं सदीवी अपने चरणां विच निवास बख्शिश करना, आवागम दे चक्करां तों मुक्त करना। पातशाह जीओ दर ते आई सरबत साध संगत दी तन मन धन करके दर ते हाजरी प्रवान कर लेना, तिल फुल भेटावां दर ते प्रवान करनियां, मनोकामनावां सुख संपूर्ण करनियां, चलिया होया कदम कदम लेखे लाउणा। पातशाह जीओ पिछे परिवार अते संबंधियां नूं भाणा मनन दा फल हुक्म बख्शना। पातशाह जीओ दासां दे सिर ते मेहर भरे हथ रखना, दुखां कलेशां रोगां सोगां दा नाश करना, चढ़दियां कला बख्शिश करनियां। पातशाह जीओ सेवक परिवार वालों आप जी दीआं बख्शिश कीतियां होईआं दातां विचों पंचम कड़ा प्रशादी दे सज के हाजर आप जी दे दर ते प्रवान होवे। दुख नहीं माने सुख स्नेह अर पै नहीं जाकै, कंचन माटी माने जो नर दुख में दुख नहीं माने, सुख स्नेह अर पै नहीं जाकै, कंचन माटी माने जाकै, लोभ मोह अभिमाना हरख सोग ते रह न्यारो, नाहे मान अपमाना आसा मनसा सगल त्यागै, जगते रह निरासा नाहन तेहे कट ब्रह्म निवासा, गुर कृपा जेहे नर कौ कीनी तेहे एह जुगत पछानी, नानक लीन पयो गोबिंद स्यों ज्यों पानी संग पानी, गुर कृपा जेहे नर कौ कीनी ते एह जुगत पछानी, नानक लीन पयो गोबिंद स्यों ज्यों पानी संग पानी। वाहिगुरु जी का खालसा, वाहिगुरु जी की फतेह। जुड़ बैठी समुची सात संग जी बुलाओ फतेह, वाहिगुरु जी का खालसा, श्री वाहिगुरु जी की फतेह। अज आप सारे दोस्त मित्र रिश्तेदार सके संबंधी साढ़े बहुत ही सत्कारयोग सरदार हरबंस सिंह जी विरक साहब, उन्हां दी पवित्र याद विच उन्होंने शरदा के फुल भेट करने वास्ते एकत्र होया। सरदार हरबंस सिंह जी जो तकरीबन अपनी 60 साल की उम्र के उस परमात्मा वालों बख्शी सवासा रूपी पूंजी को खर्च के इस मात लोक विचों पिछले हफ्ते गुरु चरणों में जा बरजे। सरदार हरबंस सिंह जी जिन्हों का बहुत ही निघा मिलापड़ा सुभा सी, तकरीबन पिछले 3 साल तो वह शरीरक तौर पर डेंसिस नामी बीमारी नाल पीड़ित सन। सरदार हरबंस सिंह जी दे शरीर को पूरा इलाज करवाने वास्ते जिथे उन्होंने परिवार वालों उन्होंने बेटे सोमजीत बुद्ध सिंह वालों भतीजे गंगी जी वालों पूरा डॉक्टरी सहायता जोर लाया जा रहा है, पर जो सवासा की पूंजी है वह हुक्मानुसार परमात्मा दी। सरदार हरबंस सिंह जी महाराज ने
ਇਹ ਸੰਸਾਰ ਵਿੱਚ ਜਿੱਥੇ ਉਹਨਾਂ ਨੇ ਆਪਣਾ ਸਮਾਜਿਕ ਨਾਮ ਬਹੁਤ ਉੱਚਾ ਕੀਤਾ, ਉਹਨਾਂ ਨੇ ਵੀ ਸਮਾਜ ਵਿੱਚ ਰਹਿੰਦਿਆਂ ਬਤੌਰ ਆੜ੍ਹਤੀਆਂ, ਬਤੌਰ ਵਧੀਆ ਕਿਸਾਨ, ਬਤੌਰ ਵਧੀਆ ਇਨਸਾਨ ਇਹ ਸੰਸਾਰ ਵਿੱਚ ਆਪਣਾ ਫਰਜ਼ ਨਿਭਾ ਕੇ ਗਏ ਨੇ। ਸਰਦਾਰ ਕੁਲਵੰਤ ਸਿੰਘ ਜੀ ਦਾ ਪਰਿਵਾਰ ਜਿਨ੍ਹਾਂ ਨੂੰ ਪਹਿਲਾਂ ਉਸ ਸਭ ਪਹਿਲਾਂ ਵੱਡੇ ਭਰਾ ਸਰਦਾਰ ਸਰਨ ਸਿੰਘ ਜੀ ਦੀ ਅਚਨਚੇਤ ਮੌਤ ਨਾਲ ਵੀ ਬਹੁਤ ਵੱਡਾ ਸਦਮਾ ਪਹੁੰਚਿਆ। ਸਾਡੇ ਉਸ ਸਦਮੇ ਵਿੱਚੋਂ ਪਰਿਵਾਰ ਬਾਹਰ ਨਹੀਂ ਸੀ ਆਇਆ ਕਿ ਅੱਜ ਸਾਡੇ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਹਾਲੇ ਆਪਣੇ ਪਰਿਵਾਰ ਦੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ ਅਤੇ ਬੱਚਿਆਂ ਦੇ ਸਿਰਾਂ ਉੱਤੇ ਖੁਸ਼ੀ ਦਾ ਨਿੱਘ ਮਾਨਣਾ ਸੀ, ਪਰਮਾਤਮਾ ਦੇ ਹੁਕਮ ਅਨੁਸਾਰ ਇਹ ਸੰਸਾਰ ਵਿੱਚੋਂ ਚਲੇ ਗਏ। ਸਰਦਾਰ ਕੁਲਵੰਤ ਸਿੰਘ ਦਾ ਬੇਟਾ ਸੋਮਦੀਪ ਜੀ ਜੋ ਆਪਣੇ ਪਿਤਾ ਜੀ ਨਾਲ ਆੜ੍ਹਤੀਆਂ ਅਤੇ ਖੇਤੀ ਦਾ ਕੰਮ ਸਾਂਭਦੇ ਹਨ, ਉੱਥੇ ਹੀ ਉਹਨਾਂ ਦੇ ਵੱਡੇ ਬ੍ਰਦਰ ਬੁੱਧ ਸਿੰਘ ਸੁਖਦੌਰ ਵਿਦੇਸ਼ ਦੇ ਵਿੱਚ ਜਿਨ੍ਹਾਂ ਦਾ ਆਪਣਾ ਆਪਣਾ ਕਾਰੋਬਾਰ ਹੈ ਉੱਥੇ ਉਹ ਬਹੁਤ ਹੀ ਸੁਚੇ ਢੰਗ ਨਾਲ ਚਲਾ ਰਹੇ ਸਨ, ਪਰ ਜੋ ਹੁਕਮ ਹੈ ਮਾਲਕ ਦਾ ਉਹਨੂੰ ਕਾਜਿਆ ਨਹੀਂ ਜਾ ਸਕਦਾ। ਅੱਜ ਤੋਂ ਹਫ਼ਤਾ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਰੂਟੀਨ ਮੁਤਾਬਕ ਉਹਨਾਂ ਦਾ ਬੇਟਾ ਉਹਨਾਂ ਦੀ ਉਮੀ ਸੀ ਚੰਡੀਗੜ੍ਹ ਦਵਾਈ ਲੈਣ ਗਏ, ਪਰ ਇਹ ਨਹੀਂ ਸੀ ਪਤਾ ਕਿ ਉਹ ਉਹਨਾਂ ਦੀ ਲਾਸ਼ ਫੇਰੀ ਸੀ ਜਿਹੜੀ ਕਿ ਮੋਹਾਲੀ ਜਾ ਕੇ ਸਮਾਪਤ ਹੋ ਗਈ। ਹੁਕਮ ਹੈ ਮਾਲਕ ਦਾ, ਅੱਜ ਆਪਾਂ ਸਾਰੇ ਦੋਸਤ ਮਿੱਤਰ ਉਹ ਸਰਦਾਰ ਪੁਰਖ ਅੱਗੇ ਅਰਦਾਸ ਕਰਨ ਆਏ ਹਾਂ ਜਿਹਦੇ ਹੁਕਮ 'ਚ ਇਹ ਸੰਸਾਰ ਤੋਰਿਆ ਫਿਰਦਾ। ਹੋਰ ਕੋਈ ਚਾਰਾ ਨਹੀਂ, ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਹੈ ਕਿ ਸਰਦਾਰ ਪੁਰਖ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਪਿਛਲੇ ਪਰਿਵਾਰ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਅੱਜ ਇਸ ਸ਼ਰਧਾਂਜਲੀ ਪ੍ਰੋਗਰਾਮ ਦੇ ਵਿੱਚ ਜਿੱਥੇ ਬਹੁਤ ਹੀ ਰਾਜਨੀਤਿਕ ਸਮਾਜਿਕ ਕਿਸਾਨ ਯੂਨੀਅਨ ਧਾਰਮਿਕ ਸੰਸਥਾਵਾਂ ਦੇ ਬਹੁਤ ਸੀਨੀਅਰ ਅਤੇ ਪੂਰੇ ਜ਼ਿੰਮੇਵਾਰ ਸੱਜਣਾਂ ਨੇ ਆ ਕੇ ਹਾਜ਼ਰੀ ਲਵਾਈ ਹੈ। ਪਰਿਵਾਰ ਵੱਲੋਂ ਹੁਕਮ ਹੈ ਕਿ ਸਮੇਂ ਦੀ ਕਦਰ ਕਰਦੇ ਹੋਏ ਸਿਰਫ ਦੋ ਤਿੰਨ ਬੁਲਾਰਿਆਂ ਨੂੰ ਹੀ ਬੇਨਤੀ ਕੀਤੀ ਜਾਵੇਗੀ, ਬਾਕੀ ਬੁਲਾਰਿਆਂ ਤੋਂ ਮਾਫ਼ੀ ਮੰਗੀ ਜਾਵੇਗੀ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਰਜਿੰਦਰ ਸਿੰਘ ਜੀ, ਰਾਜਾ ਵੀਰ ਕਲਾ ਜੀ ਜਿਹੜੇ ਪ੍ਰਧਾਨ ਨੇ ਯੂਥ ਵਿੰਗ ਕਾਂਗਰਸ ਸੰਗਰੂਰ ਦੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਆਪਣੇ ਦੋ ਮਿੰਟ ਲਈ ਹਾਜ਼ਰੀ ਦਿਵਾਉਣ। ਰਾਜਾ ਵੀਰ ਕਲਾ ਜੀ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁੱਖ ਅਤੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਅੱਜ ਆਪਾਂ ਸਾਰੇ ਸਰਦਾਰ ਕੁਲਵੰਤ ਸਿੰਘ ਜੀ ਹੋਰਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ। ਸੋ ਉਹਨਾਂ ਨੂੰ ਆਪਾਂ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ, ਕਿਉਂਕਿ ਉਹਨਾਂ ਦੇ ਜਾਣ ਦਾ ਸਮਾਂ ਨਹੀਂ ਸੀ, ਬਹੁਤ ਘੱਟ ਉਮਰ ਦੇ ਵਿੱਚ ਉਹ ਸਾਡੇ ਵਿੱਚੋਂ ਚਲੇ ਗਏ ਨੇ। ਇਸ ਗੱਲ ਦਾ ਅਫਸੋਸ ਅਤੇ ਇਸ ਗੱਲ ਦਾ ਦੁੱਖ ਹਮੇਸ਼ਾ ਰਹੂਗਾ। ਅਜੇ ਬਹੁਤ ਕੰਮ ਸੀ ਉਹਨਾਂ ਦੇ ਕਰਨ ਵਾਲੇ, ਔਰ ਜਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਸਮਾਜ ਸੇਵਾ ਦੇ ਵਿੱਚ ਅਗਾਂਹ ਵਧੂ ਪਰਿਵਾਰ ਹੈ, ਇਹ ਖੁਸ਼ਹਾਲ ਪਰਿਵਾਰ ਹੈ ਕਿਸਾਨੀ ਦੇ ਵਿੱਚ ਵੀ ਆੜ੍ਹ ਦੇ ਵਿੱਚ ਵੀ, ਸੋ ਇਸ ਇਲਾਕੇ ਦਾ ਨਾਮਵਰ ਪਰਿਵਾਰ ਹੈ। ਮੈਂ ਸਮਝਦਾ ਇਸ ਉਹਨਾਂ ਬਜ਼ੁਰਗਾਂ ਲਈ ਪਿਆਰ, ਉਹਨਾਂ ਬਜ਼ੁਰਗਾਂ ਲਈ ਆਸ਼ੀਰਵਾਦ ਹੈ, ਉਹਨਾਂ ਦੀ ਨੇਕ ਕਮਾਈ ਦਾ ਇਹ ਹਿੱਸਾ ਹੈ ਜਿਹਦੇ ਕਰਕੇ ਅੱਜ ਇਹ ਪਰਿਵਾਰ ਇਲਾਕੇ ਦਾ ਨਾਮਵਰ ਅਤੇ ਖੁਸ਼ਹਾਲ ਪਰਿਵਾਰ ਹੈ। ਸੋ ਬੜੀ ਦੁੱਖ ਦੀ ਗੱਲ ਹੈ, ਇਹ ਬੜੀ ਔਖੀ ਘੜੀ ਹੈ। ਭਾਵੇਂ ਸਾਡੇ ਭਰਾ ਸੋਮਜੀਤ ਨੇ ਕੋਈ ਕਸਰ ਨਹੀਂ ਛੱਡੀ, ਜਿਸ ਤਰ੍ਹਾਂ ਇੱਕ ਨੇਕ ਪੁੱਤਰ ਆਪਣੇ ਬਾਪ ਦੀ
देखभाल करता है, उस तरह उन्होंने इलाज के कोई कसर नहीं छी, भावें चंडीगढ़ हो गए भावें कि होर हॉस्पिटल के पर परमात्मा जो मंजूर सी होंगे वह है क्योंकि व्यक्ति के हाथ कुछ नहीं जो होंगे तो परमात्मा ने हुक्म के अनुसार होंगे अज वो साढ़े पिछों चले गए हैं। इस गल का अफसोस से दुख है। मैं अपने वालों जिते श्रद्धा के फुल भेट करता और मेरा इस परिवार के नाल बड़ा करीबी रिश्ता है क्योंकि साढ़े भरा संदीप सिंह बल जे श्री विजेंद्र सिंगला के परिवार मित्र ने भरा ने उन्हों का एक करीबी रिश्ता है, रिश्तेदार ने बड़ा गुदा रिश्ता। सो साडा सारे का इस परिवार के नाल बड़ा निघा रिश्ता है। सो सानू सारे इस गल का बड़ा दुख है। सो जिथे मैं अपने वालों शब्दों पर भेट करना साहब श्री गुरु ग्रंथ साहब जी के चरणों के अरदास बेनती करना कि हे वाहिगुरु परमात्मा सच्चे पातशाह उन्होंने अपने चरणों के नमाज बख्शो। परंतु जो एड्डी वड्डी तादाद के संगत कोई अरदास बेनती करती है परमात्मा के चरणों के अरदास जरूर परमात्मा के चरणों के मजबूर होंगी है क्योंकि बहुत आत्मा होंदिया ने जिहड़ियां परमात्मा के बहुत नेड़े होंदिया ने। सो मैं अपने जिला कांग्रेस कमेटी वालों मैं साडे ब्लॉक के प्रधान वरिंदर पन्नवा जी भी बैठे ने साडी ब्लॉक कांग्रेस कमेटी वालों उन्होंने श्रद्धा के फुल भेट करना तो परमात्मा के चरणों में अरदास बेनती करना कि उन्होंने अपने चरणों के वास दौ पिछे सू सारे भाणा मनण का बख्शो। वाहेगुरू जी का खालसा वाहेगुरू जी। राजा वीर कला जी का अज इस अंतम अरदास जिथे अपने बहुत ही सत्कारयोग भाई हरपाल सिंह जी कथावाचक इन्हों की कथा सुन का मौका कई बार मिलया पर अज इन्होंने ये दसिया भी साडा मकसद की है जिंदगी का जब साडे पिछे गुरुआं ने कुर्बानियां क्यों दित्तियां समझण की तो इस गल की लोड़ है। इन्होंने भी बहुत बंदे की जन्म मौत से डूंगा विचार किया उन्हों का भी धन्यवाद। साढ़े बिच सरदार संजीत सिंह जी धमान वालों शुभ संदेश लैके पहुंचे हैं। सरपंच हरमीत सिंह जी मेजी पिंड सुलर पराट सतवंत सतवीर सिंह जी सत्ती सीनियर मीत प्रधान श्रोमणी अकाली दल पिंड दयालगढ़ जेजिया जादविंदर सिंह जी पंडोली कला मैनेजर पंसम संगरूर सतवीर सिंह खटड़ा सपुत्र साहब कड़ी रणवीर सिंह खटड़ा जी ने वो भी अपनी हाजरी लवा के गए हैं। गुरविंदर सिंह जी टीमा प्रधान बार एसोसिएशन संगरूर सरदार सरमिक सिंह जी मोखा सनाम तो जिड़े कि साढ़े समृत परिवार के बहुत नज़दीकी रिश्तेदार ने वो भी पहुँचे ने। सरदार जतेंद्र पेंजपाल जी कमांडेंट लड्डा कोठी सरदार गुरजीत सिंह जी कनेडी सबका प्रधान डॉक्टर भवानीगढ़ सरदार बलवंत सिंह जी जौड़िया चेयरमैन ब्लाक समिति भवानीगढ़ जथेदार इंद्रजीत सिंह जी कौर प्रधान श्रोमणी अकाली दल भवानीगढ़ सरदार बचन सिंह जी बराड़ प्रधान कैटर पंजाब सरदार हरविंदर सिंह जी काकड़ा इन्हों सारे तो असं माफ़ी मांगते हैं। हम मैं बेनती कराँगा इस परिवार में बहुत ही गुजारिश का साढ़े बहु प्रकाश जी गर्ग सबका एम एल ए संसदीय सदस्य पंजाब सरकार इन्हों का इस परिवार में बहुत नेड़े का परिवार रिश्ता है। उन्होंने बेनती है कि वो भी सरदार बलवंत सिंह जी श्रद्धा से फुल भेट कर गर्ग साहब साहब अज असी दसा गुरुआ की जागरी जोत साहब श्री गुरु ग्रंथ साहब जी की हाजरी मेरे छोटे भरा कुलवंत सिंह बिरक की अंतम अरदास जुड़े हुए मौत जिंदगी का सब तो वड्डा सच है। मौत जिंदगी का आखिरी पड़ाव है। एक दिन हर इंसान ने संसार तो जाने एक दिन असी मिट्टी बन जाने क्योंकि हरेक प्राणी में जो अकाल पुरख ने सुस बख्शे ने समेट के इतों तुर जाते हैं। बहुत बार जलों अपने किसी परिवार का मैंबर ने अंतम अरदास जुड़ते हैं
ਤਾਂ ਜ਼ਿੰਦਗੀ ਦੇ ਬਚਪਨ ਤੋਂ ਲੈ ਕੇ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਮਨ ਦੇ ਵਿੱਚ ਤਾਜ਼ਾ ਹੋ ਜਾਂਦੀਆਂ। ਇਸ ਪਰਿਵਾਰ ਦੇ ਨਾਲ ਮੇਰੀ ਬਹੁਤ ਹੀ, ਮੈਂ ਸਮਝ ਸਕਦਾ ਕਿ ਇੰਨੀ ਨੇੜੇ ਦਾ ਸੰਬੰਧ ਹੈ ਕਿ ਆਪਣੇ ਸਕਿਆਂ ਦੇ ਵਿੱਚ ਵੀ ਉਹੀ ਸਾਂਝ ਨਹੀਂ ਹੁੰਦੀ। ਸਵਰਗਵਾਸੀ ਸਾਡੇ ਤਾਇਆ ਜੀ ਸਰਦਾਰ ਕਲਿਆਣ ਸਿੰਘ ਜੀ ਵਿਰਕ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਸੀ। 1947 ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਜਿਹੜੇ ਪਰਿਵਾਰ ਵੀ ਇੱਥੇ ਆਏ ਨੇ ਔਰ ਜੋ ਮਿਹਨਤ ਇਹਨਾਂ ਪਰਿਵਾਰਾਂ ਨੇ ਕੀਤੀ ਹੈ, ਸ਼ਾਇਦ ਉਸਨੂੰ ਆਪਾਂ ਕਦੇ ਉਸ ਦੁੱਖ ਔਰ ਪੀੜਾ ਨੂੰ ਅਹਿਸਾਸ ਨਹੀਂ ਕਰ ਸਕਦੇ। ਕਿਉਂਕਿ ਜਦੋਂ ਇਨਸਾਨ ਜਦੋਂ ਉੱਜੜ ਕੇ ਆਉਂਦਾ ਹੈ ਬਹੁਤ ਲੰਮਾ ਸਮਾਂ ਤਾਂ ਉਸ ਨੂੰ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਨੂੰ, ਆਪਣੀ ਪੈਂਟ ਬਣਾਉਣ ਨੂੰ ਲੱਗ ਜਾਂਦਾ ਹੈ। ਇੱਕ ਪੀੜ੍ਹੀ ਲੱਗ ਜਾਂਦੀ ਹੈ ਬੰਦੇ ਨੂੰ ਆਪਣਾ ਸਥਾਨ ਅਤੇ ਆਪਣੇ ਸੰਸਾਰ ਬਣਾਉਣ ਦੇ ਵਿੱਚ। ਜਿੰਨਾ ਸੰਸਾਰ ਇਸ ਪਰਿਵਾਰ ਨੇ ਬਣਾਇਆ ਅੱਜ ਤੁਹਾਡੀ ਹਾਜ਼ਰੀ ਵੀ ਦੱਸਦੀ ਹੈ ਔਰ ਮੈਨੂੰ ਉਹ ਜ਼ਿੰਦਗੀ ਦੇ ਸਾਰੇ ਪਲ ਯਾਦ ਨੇ। ਬਹੁਤ ਹੀ ਆਰਾਮ ਵਧੂ ਪ੍ਰੋਗਰੈਸਿਵ ਕਿਸਾਨ ਸੀ, ਵੱਡੀ ਜਾਇਦਾਦ ਸੀ, ਜਿੰਨੀ ਸਾਂਭ ਸੰਭਾਲ ਉਹਨਾਂ ਨੇ ਖੇਤੀ ਵੱਲੋਂ ਕੀਤੀ। ਭਾਵੇਂ ਵੱਡਾ ਭਰਾ ਸਾਹਿਬ ਸੀ, ਭਾਵੇਂ ਪ੍ਰਬੰਧ ਸੀ, ਇਹ ਸੂਬੇ 19 ਤੱਕ ਨੂੰ ਬੱਚੇ ਨੇ। ਮੇਰਾ ਖਿਆਲ ਹੈ ਕਿ ਸਾਡੇ ਇਲਾਕੇ ਦਾ ਸਿਰਫ ਇੱਕ ਫਾਰਮਰ ਸੀ। ਉਹਨਾਂ ਸਮਿਆਂ ਵਿੱਚ ਕੋਈ ਲੱਖਾਂ ਦੀ ਗੱਲ ਨਹੀਂ ਸੀ ਕਰਦਾ, ਪਰ ਗੁਰੂ ਦੀ ਇੰਨੀ ਕਿਰਪਾ ਸੀ ਕਿ ਉਸ ਸਮੇਂ ਵੀ ਜਦੋਂ ਇਹ ਫਸਲ ਵਿੱਚ ਨਹੀਂ ਜਾਂਦੇ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਕਿ ਇੰਨੀ ਮਿਹਨਤ ਹੈ ਉਹਦੇ ਸਮੇਂ। ਜਿਹੜਾ ਪ੍ਰਾਣੀ ਸੰਸਾਰ ਜਾਏ ਉਹਨੇ ਜਾਣੇ ਪੀਰ ਪਗੰਬਰ ਦੇਵੀ ਦੇਵਤੇ ਆਏ ਜਿਨ੍ਹਾਂ ਨੂੰ ਅਸੀਂ ਰੱਬ ਮੰਨਦੇ ਉਹ ਵੀ ਸੰਸਾਰ ਤੋਂ ਚਲੇ ਗਏ। ਲੇਕਿਨ ਬਹੁਤ ਸਮੇਂ ਤੋਂ ਪਹਿਲਾਂ ਜਦੋਂ ਹੋ ਜਾਂਦੀ ਹੈ ਅਤੇ ਪਰਿਵਾਰਾਂ ਦੇ ਲਈ ਬੜੀ ਕਠਿਨਾਈ ਆ ਜਾਂਦੀ। ਮੈਂ ਸਮਝਦਾ ਗੁਰ ਸਿੰਘ ਭਾਵੇਂ ਜਿੰਨਾ ਮਰਜ਼ੀ ਬੱਚਾ ਸਾਡਾ ਸੈਟਲ ਹੈ ਪਰ ਸੋਮੇ ਲਈ ਗੁਰ ਸਿੰਘ ਲਈ ਉਹ ਵਿਦੇਸ਼ 'ਚ ਬੈਠਾ, ਉਹਨੂੰ ਕੋਈ ਚਿੰਤਾ ਨਹੀਂ ਸੀ ਆਪਣੇ ਫਾਦਰ ਦੇ ਉੱਤੇ। ਸੋ ਇਸ ਕਰਕੇ ਉਹਦੇ ਜਾਣ ਦਾ ਪਰਿਵਾਰ ਦੇ ਲਈ ਬਹੁਤ ਵੱਡਾ ਨਸ਼ਾ ਦੁੱਖ ਹੈ। ਇਹ ਦੁੱਖ ਤੁਹਾਡਾ ਸਦਕ ਵੱਲੋਂ ਕੀਤੀ ਅਰਦਾਸ ਹੀ ਹੈ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਕੋਈ ਕਸ਼ਟ ਹੈ, ਇਸ ਤਰ੍ਹਾਂ ਦਾ ਜਿਹੜਾ ਦੁੱਖ ਹੈ, ਇਹਨੂੰ ਕੇਵਲ ਅਤੇ ਕੇਵਲ ਗੁਰਬਾਣੀ ਦਾ ਆਸਰਾ ਲੈ ਕੇ ਹੀ ਢਾਰਸ ਇਨਸਾਨ ਨੂੰ ਮਿਲ ਸਕਦਾ। ਕਿਉਂਕਿ ਦਰਿਆਵੀ ਤੌਰ 'ਤੇ ਆਪਾਂ ਭੋਗ ਤਾਂ ਕਮਰੇ ਜਾਂਦੇ ਹਾਂ, ਉਸ ਤੋਂ ਬਾਅਦ ਤਾਂ ਫਿਰ ਆਪਾਂ ਕੰਮਾਂ 'ਚ ਲੱਗ ਜਾਂਦੇ। ਇਸ ਕਰਕੇ ਮਾਂ ਬਾਪ ਦਾ ਇੱਕ ਬਹੁਤ ਐਸਾ ਸੰਬੰਧ ਹੈ ਜਿਹਦਾ ਸੰਸਾਰ ਦੇ ਅੰਦਰ ਕੋਈ ਬਦਲ ਨਹੀਂ। ਸੰਸਾਰ ਦੀ ਸਾਰੀ ਦੌਲਤ, ਸੰਸਾਰ ਦੇ ਵੱਡੇ ਰੁਤਬੇ, ਵੱਡੇ ਵੱਡੇ ਰਾਜ ਭਾਗ ਵੀ ਮਾਂ ਬਾਪ ਦੀ ਜਿਹੜੀ ਅਜ਼ਮਤ ਹੈ, ਮਾਂ ਬਾਪ ਦਾ ਜਿਹੜਾ ਰੁਤਬਾ ਹੈ, ਮਾਂ ਬਾਪ ਦਾ ਜਿਹੜਾ ਲਿੰਕ ਹੈ ਪਿਆਰ ਦਾ, ਉਹਦਾ ਬਦਲ ਨਹੀਂ ਹੋ ਸਕਦਾ। ਇਸ ਲਈ ਬਹੁਤ ਵੱਡਾ ਸਹਿਤ ਹੁੰਦਾ ਪਰਿਵਾਰ ਦੇ ਲਈ, ਮੇਰੇ ਬੱਚਿਆਂ ਦੇ ਲਈ। ਸੋ ਜਿੱਥੇ ਮੈਂ ਆਪਣੇ ਵੱਲੋਂ ਮੇਰਾ ਪਰਿਵਾਰ ਦਾ ਸੰਬੰਧ ਹੈ, ਇੱਕੋ ਪਰਿਵਾਰਾਂ ਦੇ ਵਿੱਚ ਬਹੁਤ ਵਾਰੀ ਹੋ ਜਾਂਦੇ, ਭਰਾ ਵੀ ਲੜਦੇ ਆ, ਮੈਂ ਬੜਾ ਬੜੋਤਰਾ ਲੜ ਪੈਂਦਾ ਸੀ। ਲੇਕਿਨ ਇਨਸਾਨ ਕਹਿੰਦੇ ਨੇ ਕਿ ਜਿਹੜਾ ਜੜ ਦੇ ਨਾਲ ਤੁਹਾਡਾ ਉਹ ਹੈ, ਜੜ ਨਾਲ ਜਿਹੜੀ ਸਾਂਝ ਹੈ ਨਾ ਉਹ ਟੁੱਟਦੀ ਨਹੀਂ। ਸੋ ਮੇਰੀ ਤਾਂ ਇਹਨਾਂ ਦੀ ਜੜ ਦੇ ਨਾਲ ਹੀ ਸਾਂਝ ਹੈ। ਸੋ ਮੈਂ ਤਾਂ ਉਸ ਪਰਮਾਤਮਾ ਦੇ ਅਰਦਾਸ ਨੂੰ ਕਦੇ ਅਰਦਾਸ ਹੀ ਕਰ ਸਕਦੇ ਹਾਂ ਕਿ ਜਿੱਥੇ ਆਪਾਂ ਸੰਗਤ ਵਿੱਚ ਅਰਦਾਸ ਕੀਤੀ ਹੈ ਕਿ ਸਾਸੂ ਪਰਿਵਾਰ 'ਤੇ ਕਿਰਪਾ ਕਰੇ, ਇਹ ਵੱਡੇ ਜਿਹੜੇ ਦੁੱਖ ਨੇ ਉਹਨਾਂ ਨੂੰ ਇਹ ਬਰਦਾਸ਼ਤ ਕਰ ਸਕਣ, ਬੱਚਿਆਂ ਦੇ ਮੇਰ ਪਰ ਹੱਥ ਰੱਖੇ, ਆਪਣੇ ਮਾਤਾ ਦੀ, ਆਪਣੇ ਪਰਿਵਾਰ ਦੀ ਪੂਰੀ ਪੂਰੀ ਸਾਂਭ ਸੰਭਾਲ ਦੀ ਵੱਡੀ ਜ਼ਿੰਮੇਵਾਰੀ ਇਹਨਾਂ ਸੂਬੇ ਉਹਨਾਂ ਦੇ ਔਰ ਉਸ ਉਹਨਾਂ ਦੇ ਔਰ ਲੜ ਉਹਨਾਂ ਦੇ ਲੜਕੇ 'ਤੇ ਹੈ। ਸੋ ਮੇਰੀ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਫਾਦਰ ਦੀ, ਪ੍ਰਬੰਧ ਸਿੰਘ ਦੀ ਪੂਰੀ ਦੇਖਭਾਲ ਕੀਤੀ ਹੈ, ਪੂਰੀ ਸੰਭਾਲ ਕੀਤੀ ਹੈ, ਉਸੇ ਤਰ੍ਹਾਂ ਹੁਣ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਉਹਨੂੰ ਵੀ ਇਹ ਨਿਭਾਉਣਗੇ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਹੀ ਆਦਰ ਅਤੇ ਸਤਿਕਾਰ ਦੇ ਨਾਲ ਆਪਣੇ ਛੋਟੇ ਭਰਾ ਕਲਵੰਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਸਤਿਗੁਰਾਂ ਦੇ ਅਰਦਾਸ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਇਸ ਦਿਨ ਪਰਿਵਾਰ 'ਤੇ ਆਏ ਕਸ਼ਟ ਦੇ ਦੁੱਖਾਂ ਨੂੰ ਬਲਾਕ ਪ੍ਰਧਾਨ ਕਾਂਗਰਸ ਆਈ ਸਰਦਾਰ ਕਰਨੈਲ ਸਿੰਘ ਜੀ,
ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਭਵਾਨੀਗੜ੍ਹ ਅਤੇ ਹੋਰ ਵੀ ਸਾਡੇ ਆੜ੍ਹਤੀ ਸਟੇਸ਼ਨ 'ਤੇ ਬਹੁਤ ਹੀ ਨੁਮਾਇੰਦੇ ਪਹੁੰਚੇ ਨੇ ਸਾਰਿਆਂ ਦੀ ਅਸੀਂ ਹਾਜ਼ਰੀ ਲਗਾਉਂਦੇ ਹੋਏ ਹੁਣ ਮੈਂ ਬਹੁਤ ਹੀ ਅਰਜ਼ੀ ਦੀ ਸਰਕਾਰ ਨਾਲ ਬੇਨਤੀ ਕਰਾਂ ਸਾਡੇ ਹਲਕਾ ਸੰਗਰੂਰ ਤੋਂ ਵਿਧਾਇਕ ਸ਼੍ਰੀ ਵਿਜੇਂਦਰ ਸਿੰਗਲਾ ਜੀ ਉਹ ਵੀ ਆਉਣ ਅਤੇ ਜਿੱਥੇ ਉਹ ਸਰਦਾਰ ਕਰਮਵੰਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਰਸੋਈ ਵਿੱਚ ਇਸ ਪਵਿੱਤਰ ਸਥਾਨ 'ਤੇ ਇਕੱਤਰ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਤਿਹ ਪ੍ਰਵਾਨ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇਸ ਇਲਾਕੇ ਦੇ ਆਨ ਅਤੇ ਸ਼ਾਨ ਸਰਦਾਰ ਕਰਮਵੰਤ ਸਿੰਘ ਵਿਰਕ ਜੀ ਦੀ ਅੰਤਿਮ ਅਰਦਾਸ ਵਿੱਚ ਕਰ ਰਹੇ ਹਾਂ। ਬਹੁਤ ਹੀ ਕਠਿਨ ਸੱਚ ਹੈ ਚਾਹੇ ਭੱਠੇ ਦੇ ਚਲਾਉਣ ਦੀ ਗੱਲ ਆਏ ਉਸਦੇ ਬਾਰੇ ਚਾਹੇ ਸਮਾਜ ਸੇਵਾ ਦੀ ਗੱਲ ਆਈ ਚਾਹੇ ਕਿਸਾਨ ਬਾਰੇ ਬਹੁਤ ਸਾਰੀ ਗੱਲ ਇਸ ਮੰਚ ਤੋਂ ਸਰਦਾਰ ਕਰਮਵੰਤ ਸਿੰਘ ਜੀ ਬਾਰੇ ਮਿਲਿਆ ਔਰ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਅੱਜ ਦਾ ਇਹ ਵਿਸ਼ਾਲ ਮੱਤ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਵੇਂ ਉਹ ਸਰੀਰ ਦੇ ਵਿੱਚ ਸਾਡੇ ਵਿੱਚ ਹਾਜ਼ਰ ਨਹੀਂ ਪਰ ਸਮੁੱਚੇ ਇਲਾਕੇ ਵਿੱਚ ਅੱਜ ਵੀ ਉਹਨਾਂ ਨੂੰ ਮਸ਼ਹੂਰ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਗੁਰਮਿਤ ਸਾਹਿਬ ਆਪਣੇ ਸਰੀਰ ਦੇ ਵਿੱਚ ਆਈ ਬਿਮਾਰੀ ਦੇ ਨਾਲ ਲੜਾਈ ਲੜੀ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਸੇਵਾ ਕੀਤੀ ਬੇਟੇ ਨੇ ਭਤੀਜੇ ਨੇ ਪਰਿਵਾਰ ਨੇ ਭਰਾਵਾਂ ਨੇ ਸਭ ਨੇ ਮਿਲ ਕੇ ਉਸ ਦੁੱਖ ਦੀ ਘੜੀ ਦੇ ਵਿੱਚ ਉਸ ਔਖ ਦੇ ਘੜੀ ਦੇ ਵਿੱਚ ਹਰ ਤਰ੍ਹਾਂ ਦਾ ਯਤਨ ਕੀਤਾ ਕਿ ਉਹ ਸਾਡੇ ਵਿੱਚ ਹੋਰ ਸਮਾ ਲੈ ਸਕਣ। ਮੈਂ ਸਮਝਦਾ ਕਿ ਜਦੋਂ ਕੋਈ ਚੀਜ਼ ਦਾ ਸਮੇਂ ਤੋਂ ਪਹਿਲਾਂ ਹੋ ਗਿਆ ਤਾਂ ਦੁੱਖ ਬੜਾ ਅਸਹਿ ਹੋ ਗਿਆ। ਸੋ ਉਹਨਾਂ ਨੇ ਅਤੇ ਸਾਰੇ ਪਰਿਵਾਰ ਨੇ ਹਮੇਸ਼ਾ ਬਜ਼ੁਰਗਾਂ ਦੀ ਸੇਵਾ ਦੇ ਨਾਲ ਨਾਲ ਜੋ ਜ਼ਿੰਮੇਵਾਰੀ ਇਲਾਕੇ ਦੇ ਪ੍ਰਤੀ ਸਾਡੇ ਕਾਂਗਰਸ ਪਾਰਟੀ ਦੇ ਨਾਲ ਯੂਥ ਕਾਂਗਰਸ ਤੋਂ ਸਾਡਾ ਸੰਪਰਕ ਬਲ ਸਾਹਿਬ ਦੇ ਕਾਰਨ ਸਾਂਝ ਪਈ ਬਹੁਤ ਮਿੱਠ ਦੇ ਪਿਆਰ ਅਤੇ ਪ੍ਰੇਮ ਅਤੇ ਸਹਿਯੋਗ ਅਤੇ ਸਤਿਕਾਰ ਇਸ ਪਰਿਵਾਰ ਨੇ ਹਮੇਸ਼ਾ ਤੁਹਾਡੇ ਇਸ ਮਨ ਦੀ ਦਾਸ ਨੂੰ ਦਿੱਤਾ। ਮੈਂ ਦਿਲ ਦੀਆਂ ਗਹਿਰਾਈਆਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਇਹੀ ਤੁਹਾਡੇ ਸਾਰਿਆਂ ਵੱਲੋਂ ਮੈਂ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਸਾਨੂੰ ਸਾਰੇ ਪਰਿਵਾਰ ਨੂੰ ਦੋਸਤ ਮਿੱਤਰ ਸਖੇ ਸੰਬੰਧੀ ਰਿਸ਼ਤੇਦਾਰ ਜਿਹੜੇ ਸਾਰੇ ਲੋਕ ਆ ਜਿਸ ਦੁੱਖ ਦੀ ਘੜੀ ਵਿੱਚ ਹਾਜ਼ਰ ਹੋਏ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ ਔਰ ਮੈਂ ਇਹ ਜ਼ਰੂਰ ਬੇਨਤੀ ਕਰਨਾ ਕਿ ਤੁਸੀਂ ਵੀ ਸਾਰੇ ਇਸ ਪਰਿਵਾਰ 'ਤੇ ਆਉਣ ਵਾਲੇ ਸਮੇਂ 'ਚ ਜ਼ਿੰਮੇਵਾਰੀ ਦੇ ਨਾਲ ਆਪਣਾ ਮਿਹਰ ਭਰਿਆ ਰੱਖਣਾ ਤਾਂ ਕਿ ਜੋ ਪਰਮਾਤਮਾ ਵੱਲੋਂ ਸੇਵਾ ਸਮਾਜ ਦੀ ਇਲਾਕੇ ਦੀ ਇਸ ਪਰਿਵਾਰ 'ਚ ਲੱਗੀ ਹੈ ਉਹ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਤਾਕਤ ਦੇ ਤਹਿਤ ਇਹ ਪਰਿਵਾਰ ਵਧੀਆ ਤਰੀਕੇ ਨਾਲ ਸੇਵਾ ਨਿਭਾ ਸਕੇ। ਅੰਤ ਵਿੱਚ ਇੱਕ ਵਾਰ ਫਿਰ ਸਮੂਹ ਸੰਗਤ ਦਾ ਇਸ ਦੁੱਖ ਦੀ ਘੜੀ ਵਿੱਚ ਹਾਜ਼ਰ ਹੋਣ 'ਤੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹੀ ਬੇਨਤੀ ਕਰਦਾ ਕਿ ਜਿਹਨੇ ਗੁਰੂ ਦਾ ਲੰਗਰ ਚਾਹ ਦਾ ਲੰਗਰ ਨਹੀਂ ਛਕਿਆ ਉਹ ਸਾਰੇ ਛੱਕ ਕੇ ਜਾਣਾ। ਇਹਨਾਂ ਨੂੰ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਡੇ